3, 2, 1 ऑलराइट क्या ऑलराइट मतलब कि अपा मम्मियां डैडियां रिश्तेदार दोस्त स्कूल सारा कवर कर लिया हुण जिहड़ा मतलब जिहदा अपने पंजाबी कल्चर च बड़ा ज्यादा सिग्निफिकेंस है वो हैगे मतलब ब्याह पिंड वाले ब्याह जस्ट बिकॉज दो स्ट्रेंजर्स मिलणगे उहदे च घट्टो घट्ट 1000 बंदा उही खुश हो रहा हुंदा वी दो बंदे आपस च मिल रहे हैं ठीक है ते क्रोनोलॉजिकल तरीके नाल शुरू करांगे पहला जिहड़े 90 दे ब्याह सी 90 दे टाइम वाले पहला उहनां दी गल करनी है कि उदों की माहौल हुंदा सी उदों बाद फिर हौली हौली वी की चेंजेस आए ने डैडी हुण ਜਿਵੇਂ ਹੁਣ ਯਾਰ ਆਪਣਾ ਆਪਣੇ ਜਿਵੇਂ ਜਿਹੜੇ ਆਪਾਂ ਵਿਆਹ ਦੇਖਣੇ ਜਿਵੇਂ ਜਦੋਂ ਆਪਾਂ ਸਕੂਲ ਟਾਈਮ 'ਚ ਹੁੰਦੇ ਸੀ ਤੁਹਾਡੇ ਘਰੋਂ ਘੱਟੋ ਘੱਟ 4-5 ਜਣਿਆਂ ਦੀ ਡਿਊਟੀ ਲੱਗੂ ਯੰਗ ਬੰਦਿਆਂ ਦੀ ਜਿਹੜੇ ਕਿ ਕਾਰਡ ਵੰਡਦੇ ਫਿਰਨਗੇ ਠੀਕ ਹੈ ਫਿਰ ਕਾਰਡ ਵਾਲਾ ਨਿਬੜਿਆ ਠੀਕ ਹੈ ਫਿਰ ਉਦੋਂ ਬਾਅਦ ਵਾਪਸ ਆਏ ਵਿਚਾਰੇ ਉਹ ਫਿਰ ਮੰਜੇ ਬਿਸਤਰੇ ਇਕੱਠੇ ਕਰਨ 'ਤੇ ਹੋ ਗਏ ਉਹ ਠੀਕ ਹੈ ਫਿਰ ਮੰਜੇ ਬਿਸਤਰੇ ਵਾਲਾ ਨਿਬੜਿਆ ਫਿਰ ਭਾਂਡਿਆਂ ਗਣੀ ਨੂੰ ਹੋਲੇ ਗੁਰਦੁਆਰੇ ਤੋਂ ਭਾਂਡੇ ਇਕੱਠੇ ਕਰਕੇ ਫਿਰ ਕਿੰਨੀਆਂ ਕੌਲੀਆਂ ਆਈਆਂ ਨੇ ਕਿੰਨੇ ਵਾਟੇ ਆਏ ਨੇ ਕਿੰਨੇ ਗਲਾਸ ਆਏ ਨੇ ਕਿੰਨੇ ਖੋ ਜਾਂਦੇ ਨੇ ਮੋੜਨ ਲੱਗੇ ਫਿਰ ਮੋੜਦੇ ਹੀ ਪੈਂਦੇ ਨੇ ਉਹ ਠੀਕ ਹੈ ਫਿਰ ਉਦੋਂ ਬਾਅਦ ਵੀ ਜਦੋਂ ਚੱਲ 2 ਦਿਨ ਰਹਿ ਗਏ ਵਿਆਹ 'ਚ ਠੀਕ ਹੈ ਫਿਰ ਉਹਨਾਂ ਨੂੰ ਅੰਦਾਜ਼ਾ ਨਹੀਂ ਹੁੰਦਾ ਵੀ ਇੰਨਾ ਇਕੱਠ ਹੋ ਜੂਗਾ ਠੀਕ ਹੈ ਫਿਰ ਘਰ ਰਿਸ਼ਤੇਦਾਰ ਵੀ ਆਹ ਵੀ ਆ ਗਿਆ ਉਹ ਵੀ ਆ ਗਿਆ ਆਹ ਵੀ ਪਹੁੰਚ ਗਿਆ ਉਹ ਵੀ ਪਹੁੰਚ ਗਿਆ ਫਿਰ ਟੈਨਸ਼ਨ ਹੁੰਦੀ ਹੈ ਵੀ ਕਿਉਂਕਿ ਪਾਈਏ ਕਿੱਥੇ ਇਹਨਾਂ ਨੂੰ ਸਰਫੇਸ ਏਰੀਆ ਨਹੀਂ ਹੁੰਦਾ ਹੈਗਾ ਪਾਉਣ ਵਾਸਤੇ ਫਿਰ ਗਵਾਂਢੀਆਂ ਨੂੰ ਵੀ ਯਾਰ ਦੇਖ ਮੇਰੀ ਗੱਲ ਸੁਣੋ 3 ਮੰਜੇ ਤੁਹਾਡੀ ਛੱਤ 'ਤੇ 2 ਮੰਜੇ ਤੁਹਾਡੇ ਚਵਾਰੇ 'ਚ ਇੱਕ ਤੁਹਾਡੇ 'ਤੇ 2 ਉਹਨਾਂ ਦੇ ਇੱਕ ਤਾਂ ਉਹ ਮੌਸਮ ਦੇਖ ਕੇ ਵੀ ਨਹੀਂ ਨਾ ਕਰਦੇ ਜਿਹੜੇ ਜੀ ਜਗਰਾ ਵੀ ਲੱਗਦਾ ਮੁੰਡੇ ਦੇ ਦਾੜੀ ਜੀ ਆਉਣ ਲੱਗ ਗਈ ਬਸ ਉਹ ਮੈਂ ਤਾਂ ਪਹਿਲਾਂ ਵਿਆਹ ਨਹੀਂ ਥੋੜ੍ਹੀ ਸੋਚਾਂ 'ਤੇ ਬੀਬੀ ਗਰਮੀ ਆ ਵੀ ਸਮਾਂ ਕਰ ਲੇਗੇ ਆਪਣੇ ਇੱਧਰ ਤਾਂ ਵਿਆਹ ਦਾ ਮੌਸਮ ਹੋਵਾ ਵੀ ਆਪਣਾ ਅਗਸਤ ਅਕਤੂਬਰ ਨਵੰਬਰ ਇਸੇ ਟਾਈਮ ਮੈਂ ਕਰਾਂ ਵਿਆਹ ਵੀ ਜਿਹੜੇ ਮੈਂ ਨਿਕਲ ਟੋਕਾ ਰਿਸ਼ਤੇਦਾਰ ਇੰਜੋਏ ਤਾਂ ਕਰ ਸਕਦਾ ਮੇਰੇ ਡੈਡੀ ਦਾ ਵਿਆਹ ਹੋਇਆ ਤਾਂ ਜੂਨ ਮਾ ਤਪਦੀ ਸਿਖਰ ਦੁਪਹਿਰੇ ਮੈਂ 16-17 ਜੂਨ 'ਚ ਤਾਂ ਆਪਣੇ ਘਰਾਂ ਰੋਟੀ ਖਾਣੇ ਜੀ ਨਹੀਂ ਕਰਦਾ ਫਿਰ ਪੂਰੇ ਵਿਆਹ 'ਚ ਡੀਜੇ ਨਹੀਂ ਸੁਣਦਾ ਖਰ ਚੱਲ ਰਿਹਾ ਹੁੰਦਾ ਨਾ ਫਾਟਿਆਂ ਦਾ ਜੀ ਹੋਰ ਦੂਸਰਾ ਜਿਹੜਾ ਜਦੋਂ ਮਤਲਬ ਜਦੋਂ ਵਿਆਹ ਜਿਹਾ ਹੁੰਦਾ ਨਾ ਜਦੋਂ ਚਾਹੇ ਮੁੰਡੇ ਵਾਲੇ ਹੋਵੇ ਚਾਹੇ ਕੁੜੀ ਵਾਲੇ ਘਰੇ ਹੋਵੇ ਜਿਹੜੇ ਤੁਹਾਡੇ ਘਰ ਦੇ ਮੇਲ ਹੋਣਗੇ ਨਾ 3-4 ਮੇਲ ਉਹਨਾਂ ਸੀਕ੍ਰੀਟਲੀ ਵੀ ਇੱਧਰ ਉੱਧਰ ਜੇ ਲੁਕੇ ਜੇ ਰਹਿੰਦੇ ਨੇ ਕਿਤੇ ਉਹ ਕੁਛ ਨਹੀਂ ਪਤਾ ਲੱਗਦਾ ਵੀ ਕੀ ਕਰ ਰਹੇ ਨੇ ਵੈਸੇ ਵੀ ਦਾਰੂ ਕੱਢਦੇ ਹੁੰਦੇ ਨੇ ਉਹ ਤੇ ਉਹ ਮਤਲਬ ਮੰਮੀਆਂ ਤੋਂ ਬਚ ਕੇ ਜੇ ਠੀਕ ਹੈ ਨਾਲੇ ਪਤਾ ਸਾਰਿਆਂ ਨੂੰ ਹੁੰਦਾ ਵੀ ਦਾਰੂ ਨਿਕਲ ਰਹੀ ਹੈ ਬੇਸਿਕਲੀ ਉਹ ਨੀਰੇ ਵਾਲੇ 'ਚ ਹੋਣਗੇ ਠੀਕ ਹੈ ਵੀ ਜਿੱਥੇ ਤੂੜੀ ਹੁੰਦੀ ਤੁਹਾਡੀ ਉੱਥੇ ਉਹਨਾਂ ਨੇ ਉੱਥੇ ਉਹਨਾਂ ਨੇ ਪੱਟੀ ਲਾਈ ਹੁੰਦੀ ਹੈ ਵਧੀਆ ਠੀਕ ਹੈ ਫਿਰ ਕਦੇ ਕਿਚਨ 'ਚ ਆਏ ਪਾਣੀ ਦੇ ਜੱਗ ਜਾ ਭਰ ਕੇ ਲੈ ਗਏ ਪਾਣੀ ਦੀ ਗੜਬੀ ਜੀ ਭਰ ਕੇ ਲੈ ਗਏ ਦੂਏ ਮੰਮੀ ਨੂੰ ਸਾਰਾ ਫਿਰ ਉੱਥੇ ਉੱਥੇ ਛੋਟੀ ਜਿਹੀ ਕੜਾਹੀ ਲਾ ਕੇ ਉੱਥੇ ਚਿਕਨ ਜਾ ਧਰ ਲੈਂਦੇ ਨੇ ਠੀਕ ਹੈ ਮੇਰੇ ਸਾਲੇ ਖਾ ਪੀ ਕੇ ਜੇ ਫਿਰ ਅਸੀਂ ਪਤਾ ਲੱਗਦਾ ਕਿਉਂਕਿ ਕੱਢ ਲਈ ਪੀ ਲਈ ਠੀਕ ਹੈ ਫਿਰ ਉਦੋਂ ਬਾਅਦ ਉੱਥੋਂ ਬੇਹੋਸ਼ ਹੀ ਨਿਕਲਦੇ ਨੇ ਉਹ ਕਿਹੜਾ ਕੋਈ ਡਿਗਰੀ ਹੁੰਦੀ ਹੈ ਕਈ ਵਾਰ ਇੱਕ ਪੈਗ ਨਾਲ ਹੀ ਭੈਣ ਚ ਘੁਮਾ ਦਿੰਦੀ ਹੈ ਤੂੜੀ ਜੀ ਲਿਟਦਾ ਹੀ ਆਉਂਦਾ ਪਰਾਉਣ ਸਾਰ ਮੰਜੇ ਤੇ ਡਿੱਗ ਕੇ ਬਸ 2 ਵਾਰ ਡਰ ਉਦੋਂ ਬਾਅਦ ਬਸ ਮੁੜ ਕੇ ਆਉਂਦੇ ਨੀ ਕਿੱਧਰ ਗਏ ਬੁੜੇ ਜੇ ਰਿਸ਼ਤੇਦਾਰ ਹੁੰਦੇ ਨੇ ਇੱਕ ਮਤਲਬ ਖਾਸੇ ਬੁੜੇ ਹੁੰਦੇ ਨੇ ਉਹ ਤੁਰਿਆ ਨੀ ਜਾਊ ਉਹਨਾਂ ਤੋਂ ਪਰ ਜਦੋਂ ਉਹ ਦਾਰੂ ਪੀ ਕੇ ਟੈਟ ਹੋ ਗਏ ਅੱਖਾਂ ਮੰਨ ਕਰੋ ਕਿ ਜਿਹੜੀ ਬੜਕ ਮਾਰਦੇ ਨਾ ਉਹ ਦੂਜੂ ਬਾਅਦ ਫਿਰ ਜਦੋਂ ਮਤਲਬ ਜਦੋਂ ਚਲ ਵਿਆਹ ਵਾਲਾ ਪ੍ਰੋਗਰਾਮ ਸ਼ੁਰੂ ਹੋ ਗਿਆ ਖੰਡ ਪਾਠ ਸ਼ੁਰੂ ਹੋ ਗਿਆ ਫਿਰ ਪਿੰਡ ਵਾਲੇ ਤੁਹਾਡੇ ਦੁੱਧ ਪਾਉਣ ਆਉਂਦੇ ਨੇ ਠੀਕ ਹੈ ਫਿਰ ਇੱਕ ਉਹਨਾਂ ਨੇ ਕਨਸੈਪਟ ਬਣਾਇਆ ਹੋਇਆ ਵੀ ਜਿਹੜਾ ਬੰਦਾ ਤੁਹਾਡੇ ਦੁੱਧ ਪਾ ਕੇ ਗਿਆ ਉਹਨੂੰ ਖਾਲੀ ਭਾਂਡਾ ਨਹੀਂ ਮੋੜਨਾ ਠੀਕ ਹੈ ਰੋਜ਼ ਕੀ 2 ਜਿਹੜੇ ਲੱਡੂ ਪਾਏ ਹੁੰਦੇ ਨੇ ਲੱਡੂ ਬੱਟੇ ਹੁੰਦੇ ਨੇ ਉਹ 2 ਲੱਡੂ ਸੁੱਟ ਦਿੰਦੇ ਉਹ ਕਹਿੰਦਾ ਬਈ ਇਹਨੂੰ ਤੋ ਦਲਾ ਉਹਨੂੰ ਖਾਲੀ ਭਾਂਡੇ ਵਾਲਾ ਮੈਨੂੰ ਸਮਝ ਆ ਗਿਆ ਠੀਕ ਹੈ ਫਿਰ ਬਈ ਗਿੱਲਾ ਭਾਂਡਾ ਵੀ ਨਾ ਦੇਣਾ ਸਾਹਮਣੇ ਵਾਲੇ ਤੁਸੀਂ ਮਤਲਬ ਕਿ ਦੁੱਧ ਜਿਹੜਾ ਪਾਇਆ ਦੁੱਧ ਵੀ ਸਾਫ਼ ਨਹੀਂ ਕਰਦੇ ਉਹ ਉਸੇ ਦੁੱਧ 'ਚ 2 ਲੱਡੂ ਸੁੱਟ ਦੇਣਗੇ ਉਹ ਘਰੇ ਆ ਕੇ ਉਹ ਚੀਕਣੇ ਚੀਕਣੇ ਹੀ ਹੋ ਜਾਂਦੇ ਨੇ ਲੱਡੂ ਫਿਰ ਐਂ ਹੁੰਦਾ ਨਾ ਵੀ ਜਦੋਂ ਉਹ ਲੱਡੂ ਵੱਟ ਰਹੇ ਹੁੰਦੇ ਆ ਉਦੋਂ ਬਈ ਜਿਹੜਾ ਉਹ ਬੜਾ ਜਿਹਾ ਕੜਾਹਾ ਧਰਦੇ ਹੁੰਦੇ ਨੇ ਉਹ ਵੀ ਪਹਿਲਾਂ ਕਹਿੰਦੇ 3 ਦਿਨ ਭੱਠੀ ਚੜ ਗਈ ਉਦੋਂ ਲੱਡੂ ਹੀ ਵੱਟਦੇ ਨੇ ਉਹ ਤੇ ਮੈਂ ਆਪਦੀ ਅੱਖਾਂ ਨਾਲ ਦੇਖੇ ਨੇ ਕਈ ਉੱਥੇ ਬੈਠਦੇ ਵੀ ਉਹਨਾਂ ਦੇ ਹੱਥ ਕਾਲੇ ਹੁੰਦੇ ਨੇ ਤੇ ਜਦੋਂ ਟੁੱਟਦੇ ਨੇ ਤੇ ਬੁੜੇ ਬੁੜੇ ਹੋਏ ਵੇ ਐਨ ਭੈਣ ਜੋ ਗੋਰੇ ਪੂਰੇ ਡੀ ਟੈਨ ਕਰਾ ਕੇ ਆਉਂਦੇ ਨੇ ਉਹ ਜਿਹੜੇ ਮਤਲਬ ਲੱਡੂਆਂ ਦਾ ਹਿਸਾਬ ਕਿਤਾਬ ਹੁੰਦਾ ਮਤਲਬ ਲੱਡੂਆਂ ਨੂੰ ਤਾਂ ਐਂ ਟ੍ਰੀਟ ਕਰਨਗੇ ਪਤਾ ਨਹੀਂ ਕੀ ਚੀਜ਼ ਆ ਵਿਆਹ 'ਚ ਇਹ ਠੀਕ ਹੈ ਜਦਕਿ ਸਾਰਿਆਂ ਨੂੰ ਕਾਮਨ ਚੀਜ਼ ਲੱਡੂ ਹੀ ਹੁੰਦੀ ਹੈ ਵਿਆਹ 'ਚ ਠੀਕ ਹੈ ਮਤਲਬ ਲੱਡੂ ਤਾਂ ਮਤਲਬ ਕੀ ਐਂ ਵੀ ਜੇ ਤੂੰ ਵਿਆਹ ਦਾ ਨਾਮ ਵੀ ਲੈਦਾ ਨਹੀਂ ਪਤਾ ਰੱਬੀ ਡੇਗ ਦੇ ਉੱਤੋਂ 10 ਕਿਲੋ ਵੀ ਵਿਆਹ 'ਚ ਜਦੋਂ ਤੁਹਾਡੇ ਘਰੇ ਹਲਵਾਈ ਲੱਗਿਆ ਹੋਇਆ ਲੱਡੂ ਤਾਂ ਸਿਰਫ ਦਿਖਾਵਾ ਹੁੰਦਾ ਅਸਲੀ ਐਸੈਟ ਪਤਾ ਕੀ ਹੁੰਦਾ ਜਿਹੜੀ ਚੀਜ਼ ਲੁਕੋ ਕੇ ਰੱਖੀ ਜਾਂਦੀ ਹੈ ਉਹਦਾ ਗਾਜਰ ਪਾਕ ਉਹ ਲਾਲ ਜੀਆਂ ਬਰਫੀਆਂ ਜੇ ਜਿੰਨਾ ਕੁ ਉਹਦੀ ਲੋੜ ਹੈ ਉਨਾ ਕੁ ਹੀ ਨਿਕਲੂ ਉਹ ਸਹੀ ਗੱਲ ਹੈ ਜਿਹੜਾ ਉਹ ਗਾਜਰ ਪਾਕ ਹੋਵਾ ਬਰਫੀਆਂ ਵਾ ਉਹ ਤੋਂ ਥਾਰੇ ਪ੍ਰੀਮੀਅਮ ਜਿਹੜੇ ਰਿਸ਼ਤੇਦਾਰ ਲਗਜ਼ਰੀ ਪ੍ਰੀਮੀਅਮ ਰਿਸ਼ਤੇਦਾਰ ਵਾਸਤੇ ਜਿੰਦਾ ਲਾਉਂਦੇ ਨੇ ਉਹ ਕੋਲਡ ਡਰਿੰਕਸ ਦੀਆਂ ਬੋਤਲਾਂ ਦੇ ਨਾਲ ਜਿੰਦਾ ਲਾ ਕੇ ਚਾਬੀ ਐ ਮਤਲਬ ਤਜੋਰੀ ਵਾਲੀ ਚਾਬੀ ਚ ਹੁੰਦੀ ਆ ਉਹ
ਉਹ ਇੱਕ ਕਮਰਾ ਅਲੱਗ ਹੋਵਾ ਸਾਰੇ ਕਰਮਾ ਥਾਰਾ ਜਹਾਂ ਹਾਂ ਜਹਾਂ ਪ੍ਰੀਮੀਅਮ ਮਿਠਾਈਆਂ ਪਈ ਵੀ ਔਰ ਜਿਹੜਾ ਉਸਕਾ ਜਿਹੜਾ ਉਹ ਸਿਕਿਉਰਿਟੀ ਗਾਰਡ ਹੋਵਾ ਉਸਕਾ ਯਾਦ ਉਹ ਥਾਰਾ ਕੋਈ ਬਹੁਤ ਪੁਰਾਣਾ ਬਾਬਾ ਹੋਣਾ ਜਾਂ ਕੁਝ ਇਸ ਤਰ੍ਹਾਂ ਦੇ ਕੱਬਾ ਸਾ ਰਿਸ਼ਤੇਦਾਰ ਹੋਵਾ ਇਹੋ ਜਿਹਾ ਹੋਊ ਵੀ ਜੇ ਤੈਨੂੰ ਲੋੜ ਵੀ ਹੈ ਨਾ ਚੀਜ਼ ਦੀ ਮੰਗ ਕੇ ਉਹ ਤੇਰੇ ਨਾਲ ਜਾਊ ਉਹ ਨਾਲ ਨਹੀਂ ਵੀ ਤੂੰ ਉਹ ਤਾਂ ਮੰਗਣ ਲੱਗੇ ਸੰਗੇਗਾ ਵੀ ਇਹ ਭੈਣ ਤੋਂ 1700 ਸਵਾਲ ਕਰੂ ਵੀ ਕਿੱਥੇ ਲੈ ਕੇ ਜਾਣਾ ਕਿਉਂ ਲੈ ਕੇ ਜਾਣੀ ਜੇ ਤੈਨੂੰ ਕਹਿ ਵੀ ਦਿੱਤਾ ਕਿਸੇ ਨੇ ਵੀ ਜਾਏ ਕਰੋ ਡੱਬਾ ਭਰ ਕੇ ਲਿਆ ਉੱਥੋਂ ਉਹ ਤੇਰੇ ਮੰਗ ਰਹੂ ਵੀ ਕਿੱਥੇ ਡੱਬਾ ਭਰ ਮੂੰਹ ਤਾਂ ਨਹੀਂ ਪਾ ਲਈ ਇਹਨੇ ਬਰਫੀ ਕਿਤੇ ਬਈ ਇਤਨਾ ਮਤਲਬ ਸਖਤ ਸਿਕਿਉਰਿਟੀ ਵਾਲਾ ਹੋਵਾ ਨਾ ਮੈਂ ਇਤਨੀ ਸਿਕਿਉਰਿਟੀ ਤਾਂ ਦੇਖੀ ਹੋਈ ਨਹੀਂ ਬਈ ਕਹੀਂ ਸਾਡੇ ਜਿਹੜਾ ਸੀ ਉਹ ਮਤਲਬ ਮੇਰੇ ਚਾਚੇ ਦਾ ਸਹੁਰਾ ਸੀ ਮਤਲਬ ਮੇਰੇ ਚਾਚੇ ਦਾ ਉਹਦਾ ਨਾਨਾ ਤੇ ਬਈ ਮੈਂ ਮਤਲਬ ਮੈਨੂੰ ਘਰਦਿਆਂ ਨੇ ਕਹਿਤਾ ਵੀ ਉੱਥੋਂ ਪਾ ਲਿਆ ਉਹ ਵੀ ਭਾਜੀ ਦੇਣੀ ਹੈ ਮੈਂ ਉਹਨੂੰ ਮੰਗਣ ਲੱਗੇ ਮੈਂ ਹੋ ਵੀ ਕੀ ਸਵਾਲ ਪੁੱਛੂ ਇਹ ਤੇ ਮੈਂ ਕੀ ਜਵਾਬ ਦਊ ਮਤਲਬ ਇੰਨਾ ਖੜੂਸ ਬੰਦਾ ਝਿਣਦੇ ਉਹਦੇ ਵਾਸਤੇ ਵੀ ਕੋਈ ਉਹੀ ਨਾ ਆਉਂਦਾ ਜਾਂਦਾ ਚਾਬੀ ਮੰਗ ਲੈ ਵੀ ਚਾਬੀ ਦੇ ਬੜੀ ਪ੍ਰਧਾਨ ਵੀ ਕਿਤੇ ਟੈਸਟ 'ਚ ਫੇਲ ਹੀ ਨਾ ਹੋ ਜਾ ਯਾਰ ਮੈਂ ਵੀ ਨਾ ਮੰਗੀ ਨਹੀਂ ਪੂਰੇ ਇਗਜ਼ਾਮ ਜਿੰਨੀ ਉਹ ਹੋ ਜਾਂਦੀ ਹੈ ਵੀ ਹਰੇਕ ਸਾਰੇ ਸਵਾਲਾਂ ਦਾ ਮੈਂ ਸਹੀ ਸਹੀ ਜਵਾਬ ਦਊਂਗਾ ਤਾਂ ਹੀ ਅਗਨੀ ਪ੍ਰੀਖਿਆ ਦੇ ਕੇ ਜਾਣਾ ਪੈਂਦਾ ਉਹ ਕਮਰੇ 'ਚ ਜਿਹੜੀ ਖੋਏ ਵਾਲੀ ਬਰਫੀ ਹੈ ਤੇ ਗਾਜਰ ਪਾਗ ਵਾਲੀ ਬਰਫੀ ਹੈ ਉਹ ਤਾਂ ਯਾਰ ਵੀ ਉਹ ਦਿੰਦੇ ਵੀ ਨਹੀਂ ਕਿਸੇ ਨੂੰ ਸਿਰਫ ਫੁੱਫੜਾਂ ਨੂੰ ਥਾਰੇ ਗੈਲ ਚਲਾ ਗਾ ਵੀ ਜੇ ਆਪਾਂ ਕਹੇ ਪੰਜ ਕੁ ਬਰਫੀਆਂ ਲਿਜਣੀ ਸੀ ਉਹ ਜੀਜੇ ਹੁਣ ਆਇਆ ਉਹਨਾਂ ਨੇ ਨਾ ਨਾ ਪੰਜ ਗੈਲ ਆ ਨਾ ਪਰਚੀ ਦਿਖਾ ਕਹਾ ਕਈ ਵਾਰ ਤਾਂ ਫੀਲਿੰਗ ਉਹੀ ਹੋਵਾ ਵੀ ਪਰਚੀ ਦਿਖਾ ਪੰਜ ਬਰਫੀਆਂ ਲਿਖੀ ਸੈਨ ਹੈ ਸਟੈਂਪ ਲੱਗੀ ਵੀ ਹੈ ਉਹਨਾਂ ਦਾ ਜਦ ਜਗ੍ਹਾ ਮੈਂ ਅਪਰੂਵ ਕਰੂੰਗਾ ਨਹੀਂ ਨਹੀਂ ਕਰਦਾ ਉਹਦੇ ਕੰਪਿਊਟਰ 'ਚ ਵੈਰੀਫਾਈ ਬਾਰ ਕੋਡ ਵਾਲੀ ਪਿਪ 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 ਪੰਜ ਲੈ ਜਾ ਕਿਹਨੇ ਕਿਹਾ ਕਿਉਂ ਕਿਹਾ ਕਿਹੜਾ ਜੀਜਾ ਕਿੱਥੇ ਵਾਲਾ ਕਿੰਨੇ ਨਿਆਣੇ ਨੇ ਉਹਦੇ ਕੌਣ ਉਹਦੀ ਘਰ ਵਾਲੀ ਕਿਹੜੀ ਕੁੜੀ ਓਏ ਯਾਰ ਮਖਾ ਬਈ ਯਾਰ ਇਤਨੀ ਪਾਵਰ ਦਾ ਮਤਲਬ ਕਿਸੇ ਕੇ ਪਾਸ ਨਹੀਂ ਹੈ ਆਪਾਂ ਨੂੰ ਤਾਂ ਜਸਕਾ ਗਾਜਰ ਪਾਕ ਦਾ ਹੀ ਹੁੰਦਾ ਨਾ ਵੀ ਇਹ ਗਾਜਰ ਪਾਕ ਵਾਲਾ ਜਾਂ ਖੋਆ ਜਾ ਉਹ ਤਾਂ ਯਾਰ ਜਵਾਖਾਂ ਨੂੰ ਤਾਂ ਉਹ ਦਿੰਦੇ ਹੀ ਨਹੀਂ ਔਰ ਉਹ ਜਿਹੜਾ ਆਪਣਾ ਮਹਾ ਬਾਬਾ ਲਾਇਆ ਵਾ ਹੋਵਾ ਉਸ ਪਾਸ ਸਿਕਿਉਰਿਟੀ ਗਾਰਡ ਹੀ ਪਾ ਉਹ ਮਠਾਈਆਂ ਕੀ ਜਿਹੜੀ ਪ੍ਰੀਮੀਅਮ ਮਠਾਈਆਂ ਕੀ ਸਿਕਿਉਰਿਟੀ ਗਾਰਡ ਕਰਾ ਉਹ ਬੰਦਾ ਉਹ ਉਸਕੀ ਖੁਦ ਕਾ ਉਸਕਾ ਮਨ ਕਿਤਨਾ ਕੈੜਾ ਕਰਿਆ ਹੋਗਾ ਆਪ ਨਹੀਂ ਯਾਰ ਉਹ ਖਾਂਦਾਰ ਦੇਖ ਲਏ ਉਸਮਾਂ ਦੇ ਕੋਈ ਵੀ ਚੀਜ਼ ਆਪ ਲੱਡੂ ਵੀ ਸਕੀ ਨੂੰ ਆਪ ਦਾ ਲੈਵਲ ਵੀ ਇੰਨਾ ਉੱਤੇ ਚਲੇ ਜਾਂਦਾ ਨਾ ਉਹਨਾਂ ਦਾ ਉਸ ਪ੍ਰੋਬਬਲੀ ਮਠਾਈਆਂ ਤੇ ਉਹਨੂੰ ਬਿਠਾਉਂਦੇ ਨਹੀਂ ਸ਼ੂਗਰ ਹੋਵੇ ਕਿਉਂ ਪਤਾ ਹੈ ਵੀ ਮਾਂਝੀ ਲਾਸ਼ ਹੈ ਦੁਬਾਰ ਜੇ ਮੈਂ ਖਾ ਲਿਆ ਇਹ ਔਰ ਦੂਸਰਾ ਐਵੇਂ ਜੇ ਮੰਨ ਲੈ ਚੱਲ ਤੂੰ ਰੰਡੀ ਰੋਣਾ ਪਾਤਾ ਉਹਦੀ ਮੰਮੀ ਕੋਲੇ ਵੀ ਮੈਂ ਤਾਂ ਗਾਜਰ ਪਾ ਕੇ ਖਾਣਾ ਤੂੰ ਰੋਣ ਲੱਗ ਗਿਆ ਤੇ ਫਿਰ ਜਿਹੜੇ ਵਿਆਹ ਵਾਲੇ ਹੁੰਦੇ ਨੇ ਉਹ ਫਾਰਮੈਲਿਟੀ ਨਹੀਂ ਕਰਦੇ ਹੁੰਦੇ ਵੀ ਜੇ ਐਂ ਜਵਾਕ ਰੋ ਜਾਂਦਾ ਦੇ ਦਿੰਦੇ ਆ ਰੋਕੀ ਕਰਨਗੇ ਕੌਲੀ ਲੈਣਗੇ ਕੌਲੀ 'ਚ ਦੋ ਲੰਡੂ ਜੀਆਂ ਬਰਫੀਆਂ ਠੀਕ ਹੈ ਇੱਕ ਗਾਜਰ ਪਾਕ ਠੀਕ ਹੈ ਦੋ ਲੱਡੂ ਤੇ ਉੱਥੇ ਜਲੇਬੀ ਠੀਕ ਹੈ ਉਹਨੂੰ ਆਹ ਲੈ ਖਾ ਲੈ ਫਿਰ ਉਹ ਤੂੰ ਐਂ ਉਂਗਲਾਂ ਛਾੜ ਕੇ ਵੀ ਭੈਣ ਗਾਜਰ ਪਾਕ ਲਿਆ ਤੂੰ ਬਾਕੀ ਲੈ ਜਾ ਆਪਦਾ ਲੋੜ ਨਹੀਂ ਉਹ ਕਈ ਵਾਰ ਤਾਂ ਉਸ ਬੰਦੇ ਨੂੰ ਕੇ ਅੰਦਰ ਇਤਨਾ ਮਤਲਬ ਕੌਨਫੀਡੈਂਸ ਆ ਜਾ ਨਾ ਇਤਨਾ ਮਤਲਬ ਉਸਨੂੰ ਲੱਗਣ ਲੱਗ ਜਾ ਵੀ ਮੇਰੇ ਪਾਸ ਕੁਛ ਜ਼ਿਆਦਾ ਓਵਰ ਪਾਵਰ ਆ ਗਈ ਮੇਰੇ ਮਾਂ ਫਿਰ ਜੇ ਬਸ ਕੈਪਟਨ ਅਮਰੀਕਾ ਬਣਨੇ ਵਾਲਾ ਹੀ ਹੁੰਦਾ ਉਹ ਉਸਕੇ ਅੰਦਰ ਇਤਨਾ ਮਤਲਬ ਓਵਰ ਪਾਵਰ ਦੇ ਦੇ ਆ ਨਾ ਉਸਨੂੰ ਵੀ ਇਤਨੀ ਪ੍ਰੀਮੀਅਮ ਮਠਾਈਆਂ ਕੀ ਸਿਕਿਉਰਿਟੀ ਕਰਦੇ ਹੋਏ ਦੇ ਜੇ ਉਸ ਪਾ ਕੋਈ ਇਸ ਤਰ੍ਹਾਂ ਵੀ ਆ ਜਾ ਨਾ ਬੰਦਾ ਵੀ ਜਿੱਦਾਂ ਜੇ ਕੋਈ ਤੀਮੀ ਆ ਗਈ ਵੀ ਨੈਣਾ ਜਵਾਕ ਰੋ ਰਿਹਾ ਆ ਵੀ ਮਰਦੀ ਬਾਬਾ ਜੀ ਨੂੰ ਤੁਸੀਂ ਕੌਣ ਹੋ ਕੇਤ ਕਿੱਥੋਂ ਦੇ ਰਿਸ਼ਤੇਦਾਰ ਹੋ ਨਾ ਭਾਈ ਜ਼ਿੰਮੇਵਾਰੀ ਹੈ ਆਏ ਨਹੀਂ ਕੋਈ ਵੀ ਯਾਰ ਫਰੈਂਡੀ ਹੋਰ ਛੱਡ ਕੁਝ ਵੀ ਨਹੀਂ ਜਵਾਂਦਾ ਐ ਮੁੰਦਾ ਰੱਖ ਮੂੰਹ ਤਾਂ ਬਸ ਕੋਈ ਇਗਨੋਰ ਹੀ ਮਾਰਦਾ ਬਸ ਤੇ ਉਹ ਐ ਤੇਰੀ ਅੱਖਾਂ ਚੱਕਾਂ ਪਾ ਕੇ ਨਹੀਂ ਜਵਾਬ ਦੇਣਗੇ ਤੁਹਾਨੂੰ ਜ਼ਿੰਮੇਵਾਰੀ ਹੈ ਭਾਈ ਤੁਸੀਂ ਤਾਂ ਮੂੰਹ ਚੱਕਿਆ ਆ ਗਏ ਐ ਥੋੜੀ ਮਤਲਬ ਬੰਦੇ ਨੂੰ ਨੰਗਾ ਹੀ ਕਰਦੇ ਤੂੰ ਤਾਂ ਭੁੱਖਾ ਮਰ ਗਿਆ ਉਰੇ ਆ ਗਿਆ ਤੂੰ ਦੋ ਜਵਾਕ ਹੁਣ ਆਏ ਸੀਗੇ ਉਹ ਵੀ ਅਗਲੇ ਰੋ ਰਹੇ ਸੀ ਮੈਨੂੰ ਤਾਂ ਪਤਾ ਹੀ ਨਹੀਂ ਕੌਣ ਆ ਨਾ 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 ਉਹਨਾਂ ਨਾਲ ਗੱਲ ਕਰੋ ਜਿਨ੍ਹਾਂ ਦਾ ਵਿਆਹ ਉਹਨਾਂ ਨਾਲ ਗੱਲ ਕਰੋ ਸਾਡਾ ਤਾਂ ਸੈਕਿੰਡ ਨੰਬਰ ਦੀ ਪਾਵਰ ਇਹ ਤੋਂ ਬਾਅਦ ਮਤਲਬ ਇਹ ਤਾਂ ਉਹ ਹੁੰਦਾ ਜਿਹੜਾ ਵੱਡੀ ਚੇਅਰ ਤੇ ਬੈਠਾ ਮਤਲਬ ਸ਼ਹਿਨਸ਼ਾਹ ਸੈਕਿੰਡ ਨੰਬਰ ਦੀ ਪਾਵਰ ਹੁੰਦੀ ਇਹਦੇ ਕੋਲ ਫਿਰ ਦਾਰੂ ਵਾਲੀ ਚਾਬੀ ਦਾਰੂ ਵਾਲੀ ਹਾਂ ਓਏ ਉਹਦੇ ਤਾਂ ਪਰਾਂ ਕੀ ਦਾਰੂ ਵਾਲੀ ਚਾਬੀ ਇਹਦਾ ਆਥਣੇ ਖੜੇ ਕਰਦੇ ਨੇ ਹਾਂ ਚਾਚਾ ਦੇ ਇਹਦੇ ਤਾਂ 24 ਘੰਟੇ ਪਾਵਰ ਹੈ ਜੀ ਤਾਂ ਬੰਦੇ ਦੀ ਫੀਲਿੰਗ ਵਾਲੀ ਗੱਲ ਕਰ ਰਿਹਾ ਮੈਂ ਉਹ ਵੀ ਐ ਰਹੂ ਵੀ ਕਰੈਕਟਰ ਨਹੀਂ ਬ੍ਰੇਕ ਕਰਦਾ ਉਹ ਵੀ ਬੰਦਾ ਦਾਰੂ ਪੀ ਕੇ ਚਾਹੇ ਨਾਲੀ 'ਚ ਚੱਕਣਾ ਪਵੇ ਉਹ ਨਾ ਨਾ ਉਹ ਰਾਤ ਨੂੰ ਚੱਕਣਾ ਪੜਾ ਬਟ ਉਸ ਤੇ ਪਹਿਲਾਂ ਦਿਨ ਮਾ ਉਹ ਇਸ ਤਰ੍ਹਾਂ ਹੋਇਆ ਵੀ ਮਤਲਬ 2 ਘੰਟੇ ਹੁੰਦੇ ਆ ਦਾਰੂ ਲੈਣ ਵਾਲੇ ਠੀਕ ਹੈ ਜਦੋਂ ਸ਼ੁਰੂ ਹੋਈ ਇੱਕ ਤਾਂ ਉਹ 2 ਘੰਟੇ 'ਚ ਪੂਰੀ ਮਿਲ ਜਾਂਦੀ ਲੋਕਾਂ ਨੂੰ ਜਿਹੜਾ ਉਹ ਤੋਂ ਅਗਲਾ ਘੰਟਾ ਤੇ ਇੱਕ ਉਹ ਤੋਂ ਅੱਗੇ ਵਾਲਾ ਵੀ ਮਤਲਬ 1.5 ਘੰਟਾ ਉਹ ਹੁੰਦਾ ਵੀ ਜਦੋਂ ਵੀ ਕੋਈ ਮੰਗਣ ਆ ਗਿਆ ਹੋਵੇ ਉਹ 1.5 ਘੰਟੇ ਫੁੱਲ ਇੱਕ ਪੈਗ ਜਾਂ ਉਹ ਆਪ 5 ਮਿੰਟ ਬਾਅਦ ਮਾਰੂ ਨਹੀਂ ਨਹੀਂ ਬੋਤਲ ਮਨਾ ਕਰ ਰਹਾ ਫਿਰ ਬੋਤਲ ਨਹੀਂ ਆ ਰਹਾ ਆਏ ਨਹੀਂ ਤੂੰ ਤੈਨੂੰ ਤਾਂ ਕੀ ਹੋਰ ਮੰਗੂ ਯਾਰ ਫਿਰ ਆਏ ਨਹੀਂ ਪ੍ਰਧਾਨ ਤੂੰ ਆਏ ਕਰ ਉਰੇ ਬੈਠ ਪੈਗ ਦੱਸ ਕਿੱਦਾਂ ਲਾਉਂ ਕਿਹੜਾ ਮੈਂ ਇੱਕ ਬੈਟਰ ਤੇਰੇ ਕੋਲ ਸਪੈਸ਼ਲ ਲਾ ਦੂੰ ਬੋਤਲ ਨਹੀਂ ਬੋਤਲ ਨਹੀਂ ਨਾਲੇ 2-3 ਜਣਿਆਂ ਨੂੰ ਜਿਨ੍ਹਾਂ ਨੂੰ ਲਵਾਉਣੇ ਆ ਇੱਥੇ ਲੈ ਆ ਇੱਥੇ ਲਾ ਨਾਲੇ ਆ ਦੇ ਆ ਲੈ ਆ ਪਨੀਰ ਵੀ ਨਾਲੇ ਪਿਆ ਇਹਦੇ ਨਾਲ ਹੀ ਲਾ ਲਿਓ ਬੋਤਲ ਮੈਂ ਕਹਿੰਦਾ ਮੈਂ ਵੀ ਦੇਖਣੇ ਵੀ ਜਿਹੜੇ ਜਦੋਂ ਚਲਾਥਣੇ ਜੇ ਕਿਉਂਕਿ ਪਨੀਰ ਦੇ ਪਕੌੜੇ ਜਦੋਂ ਵਿਆਹ 'ਚ ਬਣਦੇ ਹੁੰਦੇ ਨੇ ਤਾਂ ਰਾਤ ਨੂੰ ਤਲਦੇ ਨੇ ਫਿਰ ਦੂਜੇ ਦਿਨ ਸਵੇਰੇ ਤਲਦੇ ਨੇ ਉਹ ਤਲ ਕੇ ਰੱਖਦੇ ਨੇ ਮਤਲਬ ਦੋ ਵਾਰ ਤਲਦੇ ਨੇ ਨਾ ਕੱਚੇ ਕੱਢ ਲੈਂਦੇ ਹਾਂ ਕੱਚੇ ਜਿਹੜੇ ਸ਼ਰਾਬੀਆਂ ਹੁੰਦੇ ਨੇ ਉਹ
ਉੱਥੇ ਜਾ ਕੇ ਪਨੀਰ ਦਾ ਡਾਲੀ ਮੂੰਹ ਚ ਪਾ ਲੈਂਦੇ ਨੇ ਉਹ ਪੈਗਾਂ ਲਾਉਂਦੇ ਕਿਉਂਕਿ ਆਪ ਹੀ ਹਲਵਾਈ ਕੋਲ ਬੈਠੇ ਨੇ ਵਿੱਚ ਹਲਵਾਈ ਰਜਾਤਾ ਠੀਕ ਹੈ ਫਿਰ ਉਹ ਆਪ ਹੀ ਕੱਟੀ ਜਾਂਦੇ ਨੇ ਕਰਕੇ ਡਾਲਾ ਮਾਰਿਆ ਅੰਦਰ ਤੇ ਪੈਗ ਲਾਇਆ ਫਿਰ ਉਹ ਅੱਧਾ ਤਾਂ ਉੱਥੇ ਨਹੀਂ ਮੇੜ ਦਿੰਦੇ ਪਨੀਰ ਜਾ ਉਹ ਜਿਹੜਾ ਉਹ ਮਿਠਾਈ ਵਾਲੇ ਕਮਰੇ ਕੇ ਬਾਹਰ ਖੜਾ ਹੋਇਆ ਬਾਬਾ ਉਸਕੇ ਪਾਸ ਤਾਂ ਕਈ ਵਾਰ ਮੈਨੂੰ ਨਹੀਂ ਲੱਗਾ ਵੀ ਉਹ ਨਹੀਂ ਜਦ ਆਪਾਂ ਥੈਨੋਸ ਕੇ ਪਾਸ ਗੋਡ ਲੈਟ ਹੋਵਾ ਮੇਰੀ ਭੈਣ ਚੁਟਕੀ ਨਾ ਦਬਾ ਦੇ ਸਾਰੇ ਮਿਠਾਈ ਗਾਇਬ ਕਰ ਦੇ ਉਹ ਉਹ ਚ ਪਤਾ ਕੀ ਹੈ ਡਰ ਪਤਾ ਕੀ ਲਾਉਂਦਾ ਵੀ ਯਾਰ ਦੋ ਬਰਫੀਆਂ ਵਿੱਚ ਬਾਹਲੀ ਬੇਇੱਜ਼ਤੀ ਕਰਾਉਣੀ ਪਊ ਬੇਇੱਜ਼ਤੀ ਕਿਉਂ ਕਰਾ ਯਾਰ ਉਹ ਯਾਰ ਆਪਾਂ ਤਾਂ ਸੋਚ ਕੇ ਚੱਲਦੇ ਵੀ ਵੱਧ ਤੋਂ ਵੱਧ ਵੀ ਨਾ ਕਰੂ ਫਿਰ ਆਪਾਂ ਕਹਿ ਦਾਂਗੇ ਵੀ ਉਹਨੇ ਕਿਹਾ ਯਾਰ ਉਹ ਤਾਂ ਇੱਧਰ ਹੀ ਮੂੰਹ ਕਰਕੇ ਦੁੱਕਾ ਨਹੀਂ ਚੱਕਾ ਮੂੰਹ ਆ ਗਏ ਬਰਫੀ ਸਾਡੀ ਰਿਸ਼ਤੇਦਾਰੀ ਚ ਡੈਡੀ ਦੇ ਮਾਮੀ ਦੀ ਕੁੜੀ ਦਾ ਵਿਆਹ ਸੀ ਠੀਕ ਹੈ ਤੇ ਵੈਸੇ ਤਾਂ ਐਪੀਸੋਡ ਦੇਖਦੇ ਨੇ ਉਹ ਠੀਕ ਹੈ ਮੈਂ ਇੰਸੀਡੈਂਟ ਦੱਸਦਾ ਤੈਨੂੰ ਤੇ ਪੂਰਾ ਪਿਆਰ ਨਾਲ ਬੁਲਾ ਕੇ ਲੈ ਗਏ ਵੀ ਹਰਸ਼ ਤੂੰ ਕਿਸੇ ਵਿਆਹ 'ਤੇ ਨਹੀਂ ਆਇਆ ਤੂੰ ਸਾਡੇ ਵਿਆਹ 'ਤੇ ਆ ਜਿਹੜੀਆਂ ਤੇਰੀਆਂ ਭੂਆਂ ਨੇ ਵੀ ਤੂੰ ਆਹ ਵੀ ਵਿਆਹ ਅਟੈਂਡ ਕਰ ਤੂੰ ਮਤਲਬ ਠੀਕ ਹੈ ਬਈ ਇੰਨਾ ਪਿਆਰ ਨਾਲ ਕਹਿ ਕੇ ਮੈਂ ਗਿਆ ਮੈਨੂੰ ਆਇਆ ਸੀ ਭੈਣ ਚੋਲਾ ਵੀ ਵਧੀਆ ਇੱਜ਼ਤ ਮਾਣ ਕਰਨਗੇ ਉਹੀ ਗੱਲ ਮੈਂ ਗਿਆ ਉੱਥੇ ਤੇ ਮੇਰੇ ਤੈਨੂੰ ਮਿਠਾਈ ਮੁਠੀ ਤਾਂ ਕੱਢੀ ਹੋਈ ਸੀਗੀ ਤੇ ਜਿੰਦਾ ਬੈਠ ਕੇ ਨੂੰ ਅੱਛਾ ਤੇ ਮੈਂ ਗਿਆ ਮੇਰੇ ਮੂਹਰੇ ਲੱਡੂ ਦਰ ਤੇ ਚਾਹ ਨਾਲ ਤੇ ਮੈਂ ਵੀ ਲੱਡੂ ਤਾਂ ਮੈਂ ਅੱਜ ਤੱਕ ਨਹੀਂ ਖਾਧੇ ਹੈਗੇ ਮੈਨੂੰ ਤਾਂ ਗਾਜਰ ਪੱਕ ਚਾਹੀਦਾ ਤੇ ਗਾਜਰ ਪੱਕ ਵਾਲਾ ਉਹ ਤੇਰਾ ਮਸੜ ਨਾ ਥੋੜ੍ਹਾ ਜਿਹਾ ਚਾਬੀ ਲੈ ਕੇ ਗਿਆ ਹੋਇਆ ਤੈਨੂੰ ਆਥਣੇ ਖਾ ਲਈ ਮਾਂ ਉਹ ਠੀਕ ਆਥਣੇ ਰੋਟੀਆਂ ਰਜਾ ਦਿਓ ਮੈਨੂੰ ਤਾਂ ਗਾਜਰ ਪੱਕ ਦਿਖਣਾ ਹੀ ਨਹੀਂ ਹੈਗਾ ਤੇ ਦੂਜੀ ਵਾਰੀ ਜਦੋਂ ਅਗਲੀ ਕੁੜੀ ਦਾ ਵਿਆਹ ਹੋਇਆ ਮਾਂ ਮੈਨੂੰ ਮਾਮਾ ਮੈਂ ਨਹੀਂ ਆਉਂਦਾ ਹੈਗਾ ਮੈਂ ਡੈਡੀ ਨੂੰ ਲੈ ਜਾ ਮੈਂ ਤੁਸੀਂ ਤਾਂ ਬਈ ਬੇਇੱਜ਼ਤੀ ਕਰਨੇ ਉੱਥੇ ਮੈਂ ਭੈਣ ਚੋ ਦੋ ਬਰਫੀਆਂ ਪਿੱਛੇ ਘੱਟੋ ਘੱਟ ਤੁਸੀਂ ਦੋ ਘੰਟੇ ਖਰਾਬ ਕਰਾਏ ਮੇਰੇ ਉਹ ਬਈ ਉਹ ਬੰਦਾ ਤਾਂ ਇਤਨਾ ਜ਼ਿਆਦਾ ਰੂਡ ਹੋਵਾ ਨਾ ਵੀ ਮਤਲਬ ਜੇ ਥਮ ਉਸਕੇ ਪਾਸ ਚਲੇ ਗਏ ਪਹਿਲਾਂ ਸਾਰਾ ਪੂਰਾ ਸਾਰਾ ਬਾਇਓਡਾਟਾ ਪੁੱਛਾ ਨਾਮ ਕਿਆ ਤੇਰਾ ਯੋ ਕਿਹੜੀ ਕਲਾਸ ਮਾਂ ਚਾਹੇ ਤੇਰੇ ਹੀ ਘਰਾਂ ਵਿਆਹ ਹੋਵੇ ਵੀ ਜੇ ਮਤਲਬ ਵੀ ਮੇਰੀ ਬੂਆ ਦਾ ਵਿਆਹ ਨਾ ਸਾਲਾ ਮੈਨੂੰ ਪੁੱਛਣ ਵਾਸਤੇ ਮੈਨੂੰ ਮਨ ਕਿੱਥੋਂ ਲੱਭ ਲੈਂਦੇ ਨੇ ਘਰ ਦੇ ਹਾਂ ਬਗਾਨਾ ਜਿਹਾ ਬੰਦਾ ਉਹ ਜਾਣਦਾ ਵੀ ਨਹੀਂ ਆਪਾਂ ਨੂੰ ਵੀ ਆਪਾਂ ਕਹੀਦਾ ਵੀ ਮਾਮੇ ਦੇ ਦੇ ਉਹ ਤਾਂ ਪਤਾ ਨਹੀਂ ਕੌਣ ਹੋਵੇ ਜਿਹਨੇ ਇੱਕ ਵਾਰ ਤੈਨੂੰ ਦੇਖਿਆ ਹੁੰਦਾ ਉਹ ਵੀ ਭੁੱਲਣ ਦੀ ਐ ਐਕਟਿੰਗ ਕਰਨ ਲੱਗ ਗਿਆ ਉਹ ਵੀ ਲੈ ਬਈ ਉਹ ਪਾਵਰ ਤਾਂ ਹੋ ਆਪਦੇ ਜਿਹੜਾ ਯਾਰ ਦੋਸਤ ਉਹਨੂੰ ਭੁੱਲ ਜਾਣਗੇ ਉਹ ਕਹੂੰ ਹੋਰ ਪਤਾ ਨਹੀਂ ਉਹ ਕੰਮ ਕਰਦਾ ਚੱਲ ਹੋਰ ਉਹ ਸਾਰਾ ਬਾਇਓਡਾਟਾ ਅੱਛਾ ਲੈ ਨੌਵੀਂ ਮੈਂ ਹਿੰਦੀ ਮਾਂ ਫੇਲ ਹੋਏ ਵੇ ਆਪਾਂ ਹਿੰਦੀ ਮਾਂ ਫੇਲ ਹੋਏ ਨੂੰ ਮਿਠਾਈਆਂ ਨਹੀਂ ਮਿਲਦੀ ਇਹਨਾਂ ਨੂੰ ਬਰਫੀਆਂ ਨਹੀਂ ਬਾਹਰ ਲੱਡੂ ਪਏ ਆ ਉਹਨਾਂ ਮਤਲਬ ਇੱਕ ਚੱਕ ਲਿਆ ਇੱਕ ਹੁੰਦਾ ਭੁਜੀਆਂ ਬੰਦਣ ਦੁਪਹਿਰ ਦੀ ਰੋਟੀ ਫਿਰ ਨਾ ਤੀਵੀਆਂ ਘਰ ਨੂੰ ਲੈ ਜਾਂਦੇ ਨੇ ਵੀ ਜਿਹੜੇ ਵੀ ਸਾਡੇ ਭਾਈ ਤਿੰਨ ਬੰਦੇ ਘਰੇ ਨੇ ਉਹਦੇ ਤੇ ਪੈਂਦੇ ਨੇ ਉਹ ਵੀ ਸੇਮ ਹੀ ਹੁੰਦੇ ਨੇ ਚਾਰ ਬੰਦੇ ਹੋਣ ਤਾਂ 12 ਹੀ ਰੋਟੀਆਂ ਮਿਲਣਗੀਆਂ ਜੇਲ ਹੁੰਦੀਆਂ ਵੀ ਭੈਣ ਜੀ ਇਹ ਤੋਂ ਵੱਧ ਨੀ ਉਹ ਵੀ ਉਹਦਾ ਵੀ ਉਹ ਆਪਾਂ ਯਾਰ ਹੁਣ ਜੇ ਤੇਰੇ ਮੇਰੇ ਵਰਗਾ ਜੇ ਮੈਨੂੰ ਹੁਣ 5 ਮਿੰਟ ਬਿਠਾ ਵੀ ਗਿਆ ਵੀ ਚੱਲ ਮੈਂ ਨਾ ਵਾਸ਼ਰੂਮ ਜਾਇਆ ਮੈਨੂੰ ਘੰਟਾ ਹੋ ਗਿਆ ਬੈਠੇ ਨੂੰ ਜੇ ਕਿਸੇ ਨੇ ਕਹਿਤਾ ਵੀ ਦੋ ਰੋਟੀਆਂ ਹੋਰ ਪਾ ਦੇ ਯਾਰ ਮੈਂ ਚੱਕ ਕੇ ਪਾ ਉਹ ਥੋੜੀ ਜੇ ਚਾਰ ਬੰਦਿਆਂ ਦੀ ਰੋਟੀ ਕਹਿੰਦੇ ਤਾਂ 12 ਹੀ ਰੋਟੀਆਂ ਮਿਲਣਗੀਆਂ ਇੱਕ ਬੰਦੇ ਨੂੰ 3 ਹੀ ਰੋਟੀਆਂ ਮਿਲਦੀਆਂ ਨੇ ਉਹ ਤਾਂ ਬਹੁਤ ਛੰਟਵੇਂ ਬੰਦੇ ਮਤਲਬ ਲਗਾ ਉਹਨਾਂ ਦਾ ਸ਼ਾਇਦ ਇੰਟਰਵਿਊ ਹੁੰਦਾ ਹੋਣਾ ਵੀ ਬਾਈ ਰੋਟੀ ਦੇਣ ਵਾਲੀ ਜ਼ਿੰਮੇਵਾਰੀਆਂ ਮੈਂ ਬੈਠੂਗਾ ਜਿਹੜਾ ਮਿਠਾਈ ਕਦਰ ਜੋ ਕਮਰਾ ਆ ਉਸਕੇ ਬਾਹਰ ਮੈਂ ਬੈਠੂਗਾ ਉਹ ਤਾਂ ਬਹੁਤ ਸਖਤ ਇੰਟਰਵਿਊ ਕੇ ਬਾਅਦ ਕਲੀਅਰ ਕਰਕੇ ਫਿਰ ਬਿਠਾਵਾਂ ਪਰੋਸਿਆਂ ਚ ਜਿਹੜੀ ਮਤਲਬ ਅੰਦਰ ਲੱਗੀ ਹੁੰਦੀ ਰੋਟੀ ਉਹ ਤਾਂ ਪਨੀਰ ਦੀ ਸਬਜ਼ੀ ਹੁੰਦੀ ਹੈ ਪਰੋਸਿਆਂ ਵਾਲੀ ਚ ਨਾ ਛੋਲਿਆਂ ਵਾਲੀ ਤੇ ਦਾਲ ਹੁੰਦੀ ਹੈ ਫਿਰ ਕੋਈ ਉਹਨੂੰ ਕਹ ਦੂ ਵੀ ਵੀ ਪਨੀਰ ਵਾਲੀ ਸਬਜ਼ੀ ਪਾ ਦੇ ਨਾ ਨਾ ਪਰੋਸਿਆਂ ਮਾ ਇਹ ਦੇ ਫਿਰ ਫੇਰ ਭੈਣ ਜੀ ਖੇਰ ਲੈ ਫਿਰ ਕਿਆ ਹੁਣ ਗਰੀਬ ਹੈ ਕਾਰਜ ਕਰਨਾ ਹੈ ਫਿਰ ਐ ਨਹੀਂ ਚੱਲਦਾ ਫਿਰ ਜੇ ਮਨਾ ਹੀ ਕਰ ਦਿੰਦੇ ਫਿਰ ਵੀ ਤਾਂ ਫਿਰ ਸੌਖੇ ਰਹਿੰਦੇ ਆ ਹੁਣ ਜਿਹੜੇ ਮਿਲ ਰਹੀ ਆ ਨਾ ਨਾ ਇਦਾਂ ਨਹੀਂ ਹੁਣ ਇਹੀ ਲੈ ਜਾਓ ਉਹ ਵੀ ਨਾਲੇ ਇਹ ਤਾਂ ਕਹਿ ਰਹੇ ਵੀ ਪਰੋਸਿਆਂ ਨੂੰ ਰਹਿਣ ਹੀ ਦਿਓ ਤਾਂ ਮੈਂ ਕਿਹਾ ਵੀ ਕੋਈ ਨਹੀਂ ਮਤਲਬ ਮੈਂ ਪਕੜਾਂ ਗਿਆ ਤੈਨੂੰ ਪਕੜ ਲਿਆ ਜਾਂ ਮੈਨੂੰ ਪਕੜ ਲਿਆ ਉਹਨਾਂ ਨੂੰ ਪਤਾ ਹੋਇਆ ਚੰਡੀਗੜ੍ਹ ਮਾੜੀ ਟਾਂਪਾ ਲੱਗੇ ਹੋਏ ਨਾਲੇ ਨਾਲ ਸਵੇਰੇ ਆ ਗਿਆ ਫੋਨ ਕਰਕੇ ਓਏ ਘਰੇ ਆ ਕੇ ਜਾਈ ਮਰ ਜਾ ਆ 10 ਕਾਰਡ ਨੇ ਮੋਹਾਲੀ ਚੰਡੀਗੜ੍ਹ ਦੇ ਜਿੰਨੇ ਵੀ ਸਾਰਿਆਂ ਨੂੰ ਵੰਡਿਆ ਭੈਣ ਚੋ ਹਾਂ ਤੇਰਾ ਕੰਮ ਤਾਂ ਉਹੀ ਰਹਿ ਗਿਆ ਫਿਰ ਰਿਸ਼ਤੇਦਾਰ ਲੱਭਦੇ ਫਿਰ ਉਹਨਾਂ ਦੇ ਉਹਨਾਂ ਨੂੰ ਫੋਨ ਕਰੋ ਵੀ ਤੁਹਾਡਾ ਘਰ ਕਿੱਥੇ ਜਾ ਜੀ ਕਿਉਂਕਿ ਪਿੰਡ 'ਚ ਤਾਂ ਘਰ ਲੱਭਣਾ ਆਸਾਨ ਹੈ ਉਹਦੇ ਤਾਂ ਸਾਲਾ ਔਖਾ ਹੈਗਾ ਹੋਰ ਉੱਥੇ ਤਾਂ ਫਿਰ ਅੱਛਾ ਫਿਰ ਤੇਰਾ ਪੂਰਾ ਦਿਨ ਵੇਸਟ ਹੋ ਜੂਗਾ ਪੂਰਾ ਦੁਆ ਫਿਰ ਉਹੀ ਗੱਲ ਹੈ ਮਿਲਦੀ ਤੈਨੂੰ ਗਾਜਰ ਪਾ ਕੇ ਫਿਰ ਵੀ ਨਹੀਂ ਤੈਨੂੰ ਗਾਜਰ ਪਾ ਕੇ ਨਹੀਂ ਮਿਲਣਾ ਆਹ ਰਿਸ਼ਤੇਦਾਰ ਜਿਹੜੇ ਦੂਰ ਦੇ ਰਿਸ਼ਤੇਦਾਰ ਹੋਵਾਂ ਨਾ ਉਹਨਾਂ ਨੂੰ ਕਾਰਡ ਵੇ ਤਾਂ ਕਰਕੇ ਮੈਨੂੰ ਭੇਜਾਂ ਕਿਉਂਕਿ ਮੇਰੇ ਰਿਸ਼ਤੇਦਾਰ ਇਤਨੇ ਉਹ ਨਹੀਂ ਹੁੰਦੇ ਗੈਲਵਾਜ ਦੱਪਾ ਹੋਣਗੇ ਘਰਾਂ ਜਹਾਂ ਰਿਸ਼ਤੇਦਾਰਾਂ ਗੇ ਨਾ ਉਹ ਤੁਹਾਨੂੰ ਪੁੱਛ ਰਹੇ ਸੀ ਹਾਂ ਉਹਨਾਂ ਨੂੰ ਫਿਰ ਨਹੀਂ ਮਿਲਦਾ ਕਾਰਡ ਦੇਖ ਓਏ ਇਹਦੀ ਗਲੋਰ ਜਣਾ ਕੀ ਦਾ ਮੁੰਡਾ ਮਰ ਤੂੰ ਮੁੰਡਾ ਅੱਛਾ ਕਿੱਥੇ ਲੱਗਿਆ ਕੰਮ ਅੱਛਾ ਠੀਕ ਜਾਨੀ ਹੈ ਕੰਮ ਹਾਂ ਯਾਰ ਪੇਪਰ ਦੀ ਤਿਆਰੀ ਕਰ ਬੇਸਿਕਲੀ ਜਦੋਂ ਕਾਰਡ ਲਾਓ ਤੁਸੀਂ ਚੱਲ ਤੁਰਦੇ ਹੋ ਤੇਰੀ ਜੌਬ ਨੂੰ ਕਰਨਾ ਹੁੰਦਾ ਵੀ ਤੇਰੀ ਜੌਬ ਵਰਥਵਾਈਲ ਨਹੀਂ ਹੈ ਠੀਕ ਹੈ ਉਹ ਹਾਂ ਫਿਰ ਠੀਕ ਆ 7000 ਕਮਾ ਲੈਂਦੇ ਕਈ ਵਾਰ ਤਾਂ ਐਂ ਫੀਲਿੰਗ ਆਉਂਦਾ ਵੀ ਜੇ ਇਹਨੂੰ ਐਂ ਕਹਿ ਦੂੰ ਵੀ ਕੀ ਕਰਦਾ ਤੂੰ ਮੈਂ ਪ੍ਰਧਾਨ ਮੰਤਰੀ ਹਾਂ ਜੀ ਵਰਤੋਂ ਨਹੀਂ ਨਹੀਂ ਠੀਕ ਨਹੀਂ ਪ੍ਰਧਾਨ ਮੰਤਰੀ ਨੂੰ ਕੌਣ ਕਹਿੰਦਾ ਠੀਕ ਨਹੀਂ ਪ੍ਰਧਾਨ ਮੰਤਰੀ ਨੂੰ ਕੌਣ
ਮੇਰੇ ਨਾਲ ਤਾਂ ਬਈ ਹੋਇਆ ਇੱਕ ਨਾ ਬੰਦਾ ਹੈ ਸਾਡੀ ਰਿਸ਼ਤੇਦਾਰੀ ਚ, ਮੈਂ ਚੱਲ ਹੁਣ ਰਿਸ਼ਤੇਦਾਰੀ ਥੋੜੀ ਗੂੜੀ ਹੈ ਤਾਂ ਕਰਕੇ ਵੀ ਉਰੇ ਕਹਿ ਨੀ ਸਕਦਾ ਮੈਂ ਰਿਸ਼ਤੇਦਾਰ, ਠੀਕ ਹੈ, ਮੈਂ ਗਿਆ ਅਸੀਂ ਕਾਰਡ ਦੇਣ ਹੀ ਗਿਆ ਸੀ ਬਈ, ਤੇ ਮਤਲਬ ਜਿਵੇਂ ਆਪਾਂ ਨਾ ਯਾਰ ਬੇਸਿਕਲੀ ਰਿਸ਼ਤੇਦਾਰੀ ਜਾਂਦੇ ਨੀ ਆਏ ਜੇ ਛੇਤੀ ਛੇਤੀ ਹੈ ਨਾ, ਤੇ ਚਲੇ ਗਿਆ ਮੈਂ ਵੀ, ਮਤਲਬ ਆਪਾਂ ਤੋਂ ਥੋੜਾ ਜਿਹਾ ਵੱਡਾ ਉਹ ਵੀ ਜਿਵੇਂ 30 ਸਾਲ ਉਮਰ ਹੋਊ 35 ਸਾਲ ਉਹਦੀ, ਤੇ ਮੈਨੂੰ ਪੁੱਛਣ ਲੱਗ ਗਿਆ ਉਹ ਕਹਿੰਦਾ ਵੀ ਕਿੱਥੇ ਕੰਮ ਕਰਦਾ ਤੂੰ, ਮਹਾਂ ਵੀ ਇੱਥੇ 8 ਫੇਸ ਕੰਮ ਕਰਦਾ ਜੀ ਵੀ ਮਾਰਕੀਟਿੰਗ ਏਜੰਸੀ ਹੈ, ਕਹਿੰਦਾ ਅੱਛਾ ਅੱਛਾ ਸਰਕਾਰੀ ਨਹੀਂ ਟਰਾਈ ਕਰੀ ਫਿਰ, ਮਹਾਂ ਨਹੀਂ ਜੀ ਵੀ ਹਜੇ ਤਾਂ ਐਮ ਏ ਹੁਣੇ ਕੀਤੀ ਸੀ ਵੀ ਉੱਥੇ ਲੱਗ ਗਿਆ ਫਿਰ, ਅੱਛਾ ਬਸ ਮਿਲੀ ਜਾਂਦਾ ਉਹ 5-10 ਹਜ਼ਾਰ ਨਾ, ਮੈਂ ਕਹਿੰਦਾ ਮੈਥੋਂ ਲੈਂਦੇ ਨੇ 5 ਹਜ਼ਾਰ ਮੂਹਰੋਂ ਮਿਲੀ ਜਾਂਦਾ ਉਹ 5 ਹਜ਼ਾਰ, ਮੈਂ ਵੀ ਯਾਰ ਤੈਨੂੰ ਕੀ ਲੈਣਾ ਪਹਿਲੀ ਗੱਲ ਤਾਂ, ਆਪ ਤਾਂ ਤੂੰ ਸਿਫਾਰਿਸ਼ ਪਾ ਕੇ ਕਲਰਕ ਲੱਗਿਆ, ਠੀਕ ਹੈ, 10ਵੀਂ ਨੂੰ ਮਸੋਂ ਪਾਸ ਕੀਤੀ ਸੀ, ਠੀਕ ਹੈ, ਨਾ 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 ਬਈ ਮੈਂ ਜੋ ਤੂੰ ਜੇ ਆਪ ਸਿਫਾਰਿਸ਼ ਪਾ ਕੇ ਕਲਰਕ ਲੱਗ ਵੀ ਗਿਆ ਤੇ ਤੈਨੂੰ ਉਹਦੇ ਵੀ ਪੂਰੀ ਚੀਜ਼ਾਂ ਨਹੀਂ ਆਉਂਦੀਆਂ ਹੈਗੀਆਂ, ਤੇ ਤੂੰ ਮੈਨੂੰ ਤਾਂ, ਮੇਰਾ ਤਾਂ ਉਹਨੇ ਹਰਟ ਕਰਤਾ ਸੀ ਯਾਰ, ਮੈਨੂੰ ਤਾਂ ਮੈਂ ਤਾਂ ਕੁਝ ਕਰ ਹੀ ਲਿਆ ਓਵਰ 5-10 ਹਜ਼ਾਰ ਜਾਣਾ, ਆਹ ਪ੍ਰਾਈਵੇਟ ਕੰਪਨੀ ਵਾਲੇ ਕਿੱਥੇ ਪੈਸੇ ਦਿੰਦੇ ਨੇ, ਤਾਂ ਵੀ ਭੈਣ ਦੇ ਸੋਚਾਂ ਚੰਗਾ ਕਾਰਡ ਦੇਣ ਭੇਜਿਆ, ਹੋਰ ਇੱਕ ਕਾਰਡ ਦੇਣ ਜਾਓ ਤੇਲ ਆਪਣਾ ਫੂਕੋ ਉੱਪਰ ਤੇ ਬੇਇੱਜ਼ਤੀ ਕਰਾਓ ਇਹਨਾਂ ਪਾਸੇ, ਜਿਹੜੇ ਦੂਰ ਕੇ ਕਾਰਡ ਦੇਣ ਵਾਸਤੇ ਭੇਜਿਆ ਨਾ ਵੀ ਦੂਰ ਰਿਸ਼ਤੇਦਾਰੀ ਕਾਰਡ ਦੇ ਆ, ਬੇਸਿਕਲੀ ਮੈਂ ਜਿਹੜੇ ਰਿਸ਼ਤੇਦਾਰ ਹੋਵਾਂ ਜਿਹਨਾਂ ਨੂੰ ਆਪਾਂ ਹੋ ਗਏ ਜਿਹਨਾਂ ਨੂੰ ਕੋਈ ਜਾਣਦਾ ਨਹੀਂ ਕਦੀ ਕਦੀ ਜਾਂ, ਉਹਨਾਂ ਨੂੰ ਕਾਰਡ ਦੇਣ ਤਾਂ ਕਰਕੇ ਭੇਜਾਂ ਮੈਂ ਵੀ ਉਨ੍ਹਾਂ ਦੇ ਉਹ ਖਾਰ ਖਾਵਾਂ ਵੀ ਯਾਰ ਵੀ ਕੌਣ ਇਨਕੇ ਮੱਥੇ ਲਗਾਗਾ ਵੀ ਨਹੀਂ ਨਿਆਣੇ ਇਹਨਾਂ ਨੂੰ ਦੇ ਦੇਂਗੇ, ਔਰ ਜੇ ਤਾਂ ਵਹਾਂ ਉਨਕੇ ਘਰਾਂ ਕਾਰਡ ਦੇਣ ਚਲੇ ਗਿਆ ਉਹਨਾਂ ਨੇ ਪੂਰੀ ਫਰਸਟ੍ਰੇਸ਼ਨ ਤੇਰੇ ਪਾ ਕੱਢਣੀ ਆ ਵੀ ਜਿਹੜੇ ਮੇਨਲੀ ਜਿਨਕਾ ਵਿਆਹ ਆ ਉਹ ਕਿਉਂ ਨਹੀਂ ਕਾਰਡ ਦੇਣਾ ਹੈ, ਵੀ ਨਾਲੇ ਉਹਨਾਂ ਨੂੰ ਮੈਂ ਦੋ ਚੀਜ਼ਾਂ ਸੁਣਾਉਂਦਾ ਵੀ ਪਿਛਲੇ ਵਿਆਹ 'ਚ ਇਹ ਹੋਇਆ ਉਹ ਹੋਇਆ ਸਾਡੀ ਇੱਜ਼ਤ ਨਹੀਂ ਹੋਈ, ਤੇਰੀ ਊਮਾ ਭੈਣ ਹੋ ਉੱਥੇ, ਠੀਕ ਹੈ, ਔਰ ਜਿਹੜੇ ਜਿਨ੍ਹਾਂ ਦਾ ਵੀ ਘਰੇ ਵਿਆਹ ਉਹਨਾਂ ਦੀ ਉਹ ਰੱਜ ਕੇ ਬੇਇੱਜ਼ਤੀ ਕਰਨਗੇ ਰੱਜ। ਮੇਰੀ ਨਾ ਬੂਆ ਦੇ ਮੁੰਡੇ ਦਾ ਮੁੰਡਾ ਛੋਟਾ ਜਿਹਾ, ਉਹਨੇ 10ਵੀਂ ਪਾਸ ਕਰੀ, ਉਹਨੇ ਨਾ ਵਾਲ ਕਟਾਤੇ ਤੇ ਕੁਦਰਤੀ ਮੈਂ ਉਹਦੇ 3 ਦਿਨ ਬਾਅਦ ਉੱਥੇ ਚਲੇ ਗਿਆ, ਉਹਨਾਂ ਨੂੰ ਕੋਈ ਸਮਾਨ ਫੜਾਉਣੀ, ਕਰਦੇ ਨੇ ਮੈਨੂੰ ਕਹਿਤਾ ਵੀ ਤੂੰ ਫੜਾਏ ਉੱਥੇ ਗਏ, ਗੱਲਾਂ ਗੱਲਾਂ ਮਹਾਂ ਵੀ ਉਹ ਕਹਿੰਦੇ ਵੀ ਜੈਂਟੀ ਨੇ ਵੀ ਵਾਲ ਕਟਾਤੇ, ਮਾਂ ਅੱਛਾ ਮਾਂ ਚਲੋ ਕੋਈ ਨੀ ਵੀ ਵਾਲ ਕਟਾਉਣਾ ਵੀ ਚੱਲ ਕੋਈ ਨੀ ਹੁਣ ਵੀ ਕਟਾ ਲਿਆ, ਅਗਲੇ ਨੂੰ ਨਹੀਂ ਵਧੀਆ ਲੱਗਦੇ ਹੋਣਗੇ ਭਾਈ ਕਟਾਤੇ, ਨਹੀਂ ਇਹ ਕਹਿੰਦਾ ਵੀ ਚਾਚੇ ਨੇ ਵੀ ਕਟਾਏ ਫਿਰ ਹੀ ਮੇਰੇ ਸਿਰ ਮੜਤਾ ਬਾਈ ਉਹਨਾਂ ਦਾ ਦੋਸ਼ ਵੀ ਤੂੰ ਸਾਡੇ ਮੁੰਡੇ ਨੂੰ ਸਿੱਖੀ ਨਾਲ ਤੋੜਤਾ ਤੇਰੇ ਕਰਕੇ ਕਟਾਏ ਨੇ, ਮੈਂ ਸੋਚਿਆ ਵੀ 15 ਸਾਲ 'ਚ ਮੈਂ ਪਹਿਲੀ ਵਾਰੀ ਇਹਨਾਂ ਦੇ ਘਰੇ ਆਇਆ, ਕਾਰਡ ਦੇ ਕੇ ਮੁੰਡੇ ਸੋਚਿਆ ਵੀ 3 ਦਿਨ ਬਾਅਦ ਉਹਨੇ ਆਉਣਾ, ਚੱਲ ਉਹਨੇ ਵਾਲ ਕਟਾਏ ਨੇ ਮੈਂ ਵਾਲ ਕਟਾ ਦਿੰਦਾ ਹੁਣ, ਓਏ ਬਾਈ ਪਤਾ ਕਿਆ ਥਾਮ ਜਿਸ ਤਰ੍ਹਾਂ ਜੇ ਥਾਮ ਕਾਰਡ ਲੈ ਵੀ ਲਈਏ ਗੌਵਾਂ ਦੇ ਵੀ ਚਲੋ ਕੰਮ ਕਰਾਂ ਵੀ 5-7 ਕਿਲੋਮੀਟਰ ਜਾ ਕੇ ਕਾਰਡ ਦੇ ਆਵਾਂਗੇ ਉਹਨਾਂ ਨੂੰ, ਥਾਂ ਮਨ ਮਾ ਸੋਚਾਂਗੇ ਵੀ ਅੱਜ ਮਤਲਬ ਰਾਤ ਦੀ ਰੋਟੀ ਉਹਨਾਂ ਦੇ ਘਰੇ ਹੀ ਖਾ ਲੈਂਗੇ, ਵੀ ਮਤਲਬ ਰੂਮ ਫੇਰ ਰੋਟਾ ਨਾ ਤੈਨੂੰ ਕਿਤੇ ਹੋਰ ਦੇ ਸਵਰਗੇ ਰੋਲੇ ਭਟੂਰੇ ਭੈਣ ਚੋ, ਥਾਂ ਮਨ ਮਾ ਸੋਚਾਂ ਆਪਣਾ ਵੀ ਮਹਾ ਜਹਾਂ ਥਾਂ ਥਾਂ ਤੋਂ ਨਿਊ ਲਗਾ ਵੀ ਵਧੀਆ ਰਿਸ਼ਤੇਦਾਰੀ ਹੋਣੀ ਵੀ ਖੁਸ਼ ਹੋਵਾਂਗੇ, ਮਹਾ ਗਏ ਥਾਂ ਪਾਣੀ ਰੱਖ ਦਿਆ ਪਹਿਲਾਂ ਤੋਂ ਸਭ ਤੋਂ ਪਹਿਲਾਂ ਤੋਂ ਉਹ ਸਟੀਲ ਦੇ ਗਲਾਸਾਂ 'ਚ ਕੱਚ ਦੇ ਗਲਾਸ ਨਹੀਂ ਦਿੰਦੇ ਹੋ, ਸਟੀਲ ਦੇ ਗਲਾਸਾਂ ਪਾਣੀ ਰੱਖ ਦਿਆ ਫਿਰ ਉਸਕੇ ਬਾਅਦ ਅੱਛਾ ਆਪ ਨਹੀਂ ਆਏ ਹੈ ਬੀਜੀ ਹੁਣੇ ਫਿਰ ਓਕੇ ਠੀਕ ਆ, ਉਹ ਐ ਨਹੀਂ ਪਤਾ ਜਿਹੜੇ ਜਿਹੜਾ ਉਹਨਾਂ ਦੇ ਪਿਛਲਾ ਵਿਆਹ ਐ ਨਹੀਂ ਪਤਾ ਮੂਰੇ ਸੂਟ ਦੇਖੇ ਇਹੋ ਜਿਹੇ ਸੂਟ ਦਿੱਤੇ ਨੇ, ਮੇਰੇ ਗੇਲ ਤਾਂ ਹੋਇਆ ਵੀ ਇਸ ਤਰ੍ਹਾਂ, ਮੈਂ ਇਸ ਤਰ੍ਹਾਂ ਹੀ ਅਸੀਂ ਚੰਡੀਗੜ੍ਹ ਕਹੀਂ ਆਸ ਪਾਸ ਯਹਾਂ ਰਿਸ਼ਤੇਦਾਰ ਦੇ ਕੋਈ ਉਹਨਾਂ ਘਰਾਂ ਕਾਰਡ ਦੇਣ ਗਿਆ ਤਾ ਪਿਛਲੇ ਵਿਆਹਾਂ, ਤੋ ਮੈਂ ਆਪਣਾ ਗਿਆ ਮੈਂ ਤਾਂ ਆਪਣੇ ਮਨ ਮੇਰੀ ਸਟੋਰੀ ਆਇਓ, ਮੈਂ ਸੋਚ ਕੇ ਗਿਆ ਤਾ ਵੀ ਦੁਪਹਿਰ ਨਾ ਰਾਤ ਦੀ ਰੋਟੀ ਮੈਂ ਖਾ ਲਊਂਗਾ ਵੀ ਇੰਤਜ਼ਾਮ ਹੋ ਗਿਆ ਵਧੀਆ ਆਰਾਮ ਦੇ ਪਨੀਰ ਪਨੂਰ ਖਾ ਕੇ ਲਵਾਂ ਵੀ ਮੇਰੀ ਖੁਸ਼ ਰਿਸ਼ਤੇਦਾਰ ਆ ਮੈਂ ਰਿਸ਼ਤੇਦਾਰ ਬਣ ਕੇ ਜਾਊਂਗਾ, ਮੈਂ ਵਹਾਂ ਪਹੁੰਚਿਆ ਪਹਿਲਾਂ ਤੋਂ ਅਗਲੇ ਜਿਸ ਤਰ੍ਹਾਂ ਮਤਲਬ ਦੇਖ ਕੇ ਇਸ ਤਰ੍ਹਾਂ ਖੁਸ਼ੀ ਹੋਈ ਕੋਈ ਕਾਰਡ ਲੈ ਕੇ ਆਇਆ, ਨਾ ਨਾ ਵੀ ਉਸ ਤਰ੍ਹਾਂ ਉਹ ਕੁੱਤਾ ਤਾਂ ਉਹਨਾਂ ਨੇ ਦੂਰ ਕਰਿਆ ਆਪਣਾ ਵੀ ਟੋਮੀ ਪਰਾਂ ਹੋ ਜਾ ਬਗਾਨਾ ਕੋਈ ਬਾਹਰੋਂ ਆਇਆ ਜਾਣਦਾ ਨਹੀਂ ਤੈਨੂੰ, ਮੈਂ ਕਿਹਾ ਆਲ ਰਾਈਟ ਠੀਕ ਆ ਪਹਿਲੀ ਸਟੇਜ ਪਾਰ ਹੋ ਗਈ, ਅੰਦਰ ਗਿਆ ਵੀ ਉਹਨਾਂ ਨੇ ਪਾਣੀ ਪਿਲਾਇਆ ਸਟੀਲ ਕੇ ਗਲਾਸਾਂ ਵਾਂ ਜਿਸ ਤਰ੍ਹਾਂ ਤੁਹਾਨੂੰ ਕਹਾ ਕੰਜ ਕੇ ਤਾਂ ਦਿੰਦੇ ਨਹੀਂ, ਫਿਰ ਉਸਕੇ ਬਾਅਦ ਅੱਛਾ ਉਹਨਾਂ ਦਾ ਮੁੰਡਾ ਹੈ ਇੱਕ ਦੋ, ਪਹਿਲਾਂ ਤੁਹਾਨੂੰ ਉਹਨੂੰ 3ਵੀਂ ਨੂੰ ਕਲੈਰੀਫਾਈ ਕਰਨਾ ਵੀ ਮੈਂ ਉਹਨਾਂ ਦਾ ਮੁੰਡਾ, ਫਿਰ ਉਹਦੇ ਫਿਰ ਮਰਦ ਉਸਕੇ ਬਾਅਦ ਮਰਦ ਆਵਾਗਾ, ਉਹਦਾ ਘਰੇ ਡੀਐਨਏ ਟੈਸਟ ਵਾਲੀ ਮਸ਼ੀਨ ਨਹੀਂ ਹੁੰਦੀ ਨਹੀਂ ਉਹ ਚੈੱਕ ਕਰ ਲੈਣ ਉਸੇ ਤਾਂ, ਫਿਰ ਉਸਕੇ ਬਾਅਦ ਉਹਨਾਂ ਉਸਕਾ ਘਰ ਵਾਲਾ ਆਵਾਗਾ ਉਹ ਕਿਹੜਾ ਮੁੰਡਾ ਸੀ ਉਹਨਾਂ ਦਾ ਉਹ ਦੱਸਦਾ ਉਹਨਾਂ ਦੇ ਚਾਚੇ ਦੇ ਤਾਇਆਂ ਦੇ ਭਾਈ ਦਾ ਮੁੰਡਾ ਹੈ, ਪਰ ਨਹੀਂ ਪਤਾ ਤੇਰੇ ਦਾਦੇ ਨੇ ਤੈਨੂੰ ਸਟੋਰੀਆਂ ਦੱਸੀ ਜਾਣਾ, ਉਹ ਮੈਨੂੰ ਪਤਾ ਬਾਈ ਮੇਰਾ ਦਾਦਾ ਉਹ ਆਹੋ ਮੈਨੂੰ ਉਹ ਫਿਰ ਉਹ ਜਦੋਂ ਉਹਨਾਂ ਨੇ ਬੇਇੱਜ਼ਤੀ ਕਰਨ ਤੇ ਹੀ ਆ ਗਏ ਉਹ, ਹਾਂ ਚੱਲ ਠੀਕ ਕਰਿਆ ਉਹਨਾਂ ਨੇ ਵੀ ਛੇਤੀ ਵਿਆਹ ਕਰ ਲਿਆ, ਸੰਦੂਕ ਭਰੀ ਪਈ ਜਿਹੜੇ ਉਹਨਾਂ ਨੇ ਦੇ ਸੂਟ ਉਹੀ ਦੇ ਦੇਣੇ ਮੈਂ ਤਾਂ ਭਾਈ, ਪਰ ਨਹੀਂ ਪਤਾ ਤੈਨੂੰ ਇੱਥੇ ਜਗ੍ਹਾ ਘੇਰੀ ਜਾਂਦੇ ਆ, ਤੈਨੂੰ ਪੇਟੀ ਕੋਲ ਲੈ ਜਾਣਾ ਪਿਛਲਾ ਵਿਆਹ ਹੋਇਆ ਤੇ ਦੇਖ ਲੈ ਭਾਈ ਇੰਨੇ ਮਾੜੇ ਸੂਟ ਦਿੱਤੇ ਨੇ, ਵੀ ਪਾਉਣ ਜੋਗਰੇ ਤਾਂ ਹੈ ਨਹੀਂ ਮੈਂ ਇਹੀ ਦੇ ਦੂੰ ਇੱਕ ਅੱਧਾ ਭਰੇ ਪਏ ਦੱਸ, ਮੇਰੇ ਪਾਸ ਤੋਂ ਪਹਿਲਾਂ ਤੋਂ ਜਿਹੜਾ ਉਸਕਾ ਘਰ ਵਾਲਾ ਦਾ ਉਹ ਆ ਉਹ ਬੈਠੇ ਆ ਅਸੀਂ ਵੀ ਇੰਨਾ, ਚੱਲ ਮੈਂ ਥੋੜਾ ਜਿਹਾ ਕੁਝ ਬਣਾ ਲਿਆ ਖਾਣੇ ਨੂੰ ਵੀ ਚਾਹ, ਇਹਨਾਂ ਤੋਂ ਚਾਹ ਬਣਾ ਲਿਆ ਵੀ ਮੈਂ ਤੈਨੂੰ ਇਸ ਗੱਲ ਬਾਤ ਕਰ ਲੂੰ ਵੀ ਮੈਂ ਆਪਣੀ ਫਰਸਟ੍ਰੇਸ਼ਨ ਕੱਢੂੰ ਪਹਿਲਾਂ ਵੀ ਅੱਛਾ ਵੀ ਤਾਂ ਪਹਿਲਾਂ ਮੈਂ ਜੋਬ ਨਹੀਂ ਕਰੇ ਕਰੂੰਦਾ
इस तरह फिर तो हो गया तेरा। हाँ तो कह रहे भी हाँ क्या करे, मैं कहा जी कोई नहीं भाई यही थोड़ा मोटा काम कर रहे हैं यही। अच्छा मैं सरकारी की नहीं तैयारी करी क्या? नहीं करी अभी, फिर दौड़ नहीं निकली भी थोड़ा सा उसमें रहेगा था, रनिंग में रहेगा था। ओके अजकल दे मुंडियां पर निकलदी भी नहीं है यार, ना 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 गलत कम मम पे के फिर दौड़ निकली नहीं अपने पर। ठीक है मैं कहा हां जी भी प्राइवेट वगैरह लग जाएंगे अब दे मुंडे जाए 103 किलो वजन होवे तो निकली भी जड़े। और फिर मैं सोच उसने मेरी चंगी बेइज्जती करी, मां मैं भी सुन ली मां चल ठीक है भी रोटी खाने का जी नहीं करता भैन। हां भी क्या काम करा नहीं करी तेरे पर निकली नहीं, वो सारी फ्रस्ट्रेशन कर दी उसने। फिर वो जड़ी उसकी घर वाली थी ओई भाई वो चाह के गैल गैल सूट भी ले आई जेड़े पिछले ब्याह में दिए थे। आ देखिए आ देते सी भाई आ देखिए भाई हाँ फिर तू भी आओ ना दे करते ही है हाँ। था अच्छा ठीक है तो ये मार दे मत्थे आ देख देख ले देख ले कभी रद्दी ने भाई। फिर जेड़ा उनका घर वाला होगा तू इत्थे है इनू इनू पता है बेचारे जवाक नु ले जा कर इन्हां ना वापस ले जाए जवाक इनू ब्याज दे देंगे आपां उन्हां नु ही मोड़ दांगे मोड़ दांगे वापस। मैं क्या ओके ऑल राइट। अरे यो तो जद आ जद थम इतनी कहीं जॉब करते नहीं जे तो वेल सैटल्ड आ कहीं अच्छी जॉब करा फिर मैं अपने जवाक नु थारे अगे लिया रोटी खान आया भी उन्ना पिछे जिन्होंने ने बाद चो गाजर पाक भी नहीं देना मैनू ब्याह दे कार्ड देंगे दो तीन रिश्तेदार वधिया भी मिले ने उन्होंने एन मैनू चाह चू पिया के गाजर पाक की बर्फी नाल खवा के ਆਉਣ ਲੱਗੇ ਨੂੰ 500 ਰੁਪਇਆ ਵੀ ਦਿੱਤਾ ਵੀ ਮੁੰਡਾ ਕਾਰਡ ਦੇਣ ਆਇਆ ਸੀ ਇਹ ਜੇ ਵੀ ਬਈ ਹੈਗੇ ਸਾਡੇ ਤਿੰਨ ਚਾਰ ਰਿਸ਼ਤੇ ਮੇਰਾ ਤਾਂ ਚੰਗੀ ਦਿਹਾੜੀ ਪਾਈ ਬਈ ਰੁਪਇਆ ਬਣਾਇਆ 2000 ਸ਼ਾਮ ਨੂੰ ਟੌਰ ਨਾਲ ਪਾਰਟੀ ਕਰੀ ਮਤਲਬ ਫਿਰ ਇਸਕੇ ਰਿਸ਼ਤੇਦਾਰਾਂ ਨੂੰ ਆਪਾਂ ਆਪਣਾ ਰਿਜ਼ਿਊਮ ਭੇਜਾਂ ਵੀ ਸਾਨੂੰ ਵੀ ਆਪਣੇ ਰਿਸ਼ਤੇਦਾਰ ਬਣਾਓ ਯਾਰ ਓਏ ਅੱਛਾ ਜਿਸ ਤਰ੍ਹਾਂ ਮੈਂ ਕਹਿ ਰਿਹਾ ਤਾਂ ਵੀ ਤਾਂ ਕਾਰਡ ਬੰਡਾ ਪੂਰੀ ਆਪਣੀ ਮਿਹਨਤ ਕਰਾਂ ਗਾਲਾਂ ਵੀ ਖਾਵਾਂ ਸਾਰੇ ਮਨ ਮੈਂ ਇਹੋ ਹੋਵਾ ਪੂਰਾ ਵੀ ਲੈ ਯਾਰ ਮੈਂ ਇਨਕੀ ਗਾਲਾਂ ਵੀ ਖਾ ਲਈ ਜਿਨ੍ਹਾਂ ਕਾਰਡ ਦੇਣ ਆਇਆ ਘਰ ਕਿਉਂਕਿ ਉਨਕੀ ਗਾਲਾਂ ਵੀ ਖਾ ਲਈ ਵੀ ਸ਼ਾਇਦ ਮੈਂ ਇਹ ਉਹ ਹੋ ਚੁੱਕਿਆ ਐਲੀਜੀਬਲ ਵੀ ਮੈਂ ਉਹ ਬਾਬੇ ਨੂੰ ਜਾ ਕੇ ਕਹੂੰਗਾ ਵੀ ਬਾਬਾ ਜੀ ਵੀ ਮੈਂ ਕਾਰਡ ਵੰਡਣ 'ਚ ਬਹੁਤ ਮਿਹਨਤ ਕਰੀ ਸੀ ਕਿਰਪਾ ਮੈਨੂੰ ਉਹ ਬਰਫੀ ਮਤਲਬ ਗਾਜਰ ਪਾਕ ਵਾਲੀ ਬਰਫੀ ਦੇਖੋ ਥੋੜ੍ਹਾ ਮੋਟਾ ਤਾਂ ਯਾਰ ਥਮ ਇਤਨਾ ਕੁਛ ਕਰਕਾ ਫਿਰ ਦੁਬਾਰਾ ਕਾਰਡ ਵੰਡੇਗਾ ਘਰਾਂ ਜਹਾਂ ਫਿਰ ਥਮ ਤੁਹਾਨੂੰ ਉਹ ਬਾਬਾ ਮਾਂ ਖੜਾ ਦੀਗਾ ਚਾਬੀ ਵਾਲਾ ਫਿਰ ਅਬ ਥਮ ਉਸਕੇ ਪਾਸ ਜਾਵਾਂਗੇ ਬਾਬਾ ਜੀ ਮੈਂ ਥੋੜ੍ਹਾ ਬਰਫੀ ਜੀ बाहर निकलो चलो बाहर और टेंट का समान आ गया कुर्सियां तरवाओ चलो जो मतलब की होंगे ना जो मतलब थोड़े रिश्तेदार आने शुरू हो जाते हैं तो हल्के फिर क्या आने मामे और आ गए मतलब मामे तो इज्जत ही नहीं होंगी ब्याह च मामे परिवार की इज्जत सिर्फ जद होवा जब ढोल पास सारे नच रहे अरे ओ नानके आ गए नानके आ गए नानके आ गए ओए इक मैं ब्याह च होड़ देखा साडे नाल दे गवांडियां दा ब्याह सी ते उन्होंने नानके जेड़े दुपहरे ही आउंदे हुंदे ने ओह भोगिया तो बाद ते आ गए भाई उन्होंने नानके ओ मामा उन्होंने फोन कर करके टोली किथे गया साडा सी अड्डे ते उतर गए हां भाई पर जो टोली किथे नानके नु लेके जाण लई ओ कहंदे भी असीं दुपहरे असीं शाम जोगा करया यार जागो जोगा भी दुपहरे जोगा दा करे असीं लाउंदे गया नानक छक हां मतलब गुस्सा हो गया अभी लगी गल इधर नानक छक ते लाउंदे गया ना मामे टोली नहीं है मामे दी रिस्पेक्ट इज इक्वल टू नानक छक जिन्नी नानक छक उन्ना कितना जेड़ी इज्जत करू हां ठीक है जिवें जिवें ओ नानक छक दी अमाउंट घटदी उधर जेड़ी दा इत्थे हाथ जांदे जाने भाई टोली का जेड़ा मेन गड्डियां सी अड्डे पाही रोक लिया टोली उरा भेजो डंगर 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 एक बार अपा किसी के नानके बनके गए थे ब्याह में तो अपन तो पता हो भी यो ढोल वगैरह लेके आवा फिर वहां नचना ही पड़ा अपा कुछ इस तरह सरबजीत कह रहा दोपहर से मैं पहुंच गए थोड़ा 4 बजे मतलब सूरज पूरा आ रहा था मैं तो आका वहां में रास्ते में जिस तरह हम सड़क पा रहे सड़क पाई ढोल वाले ले आवे भी ढोल वाले हल्ला छेड़ देंगे पूरे ओ नानक खिच के रख ढोल इधर पूरी पसीना चढ़ रहा है गर्मी भी जान दो भी यो 3-4 बंदे 6-7 बंदे की टीम आ इसके बाद कोल्ड ड्रिंक के गिलास मैं दिख रहे ਨੱਚ
ਉਹ ਠੰਡੇ ਤੋਂ ਯਾਦ ਹੈ ਪੁਰਾਣੇ ਵਿਆਹਾਂ 'ਚ ਤਾਂ ਇਹ ਵੀ ਹੁੰਦਾ ਸੀ ਵੀ ਮਤਲਬ ਚਾਹੇ ਕਿੱਡਾ ਮਰਜ਼ੀ ਤਕੜਾ ਵਿਆਹ ਹੈ ਪਰ ਠੰਡਿਆਂ 'ਚ ਪਾਣੀ ਪਾ ਕੇ ਹੀ ਦੇਣਗੇ ਉਹ ਵਿੱਚ ਨੂੰ ਉਹ ਚੱਲ ਪਈ ਜਦੋਂ ਇਹ ਨਵੇਂ ਇੱਕ ਨਾ 610 ਸਟੋਰ ਜੇ ਖੁੱਲੇ ਸੀ ਇੱਥੇ ਮੋਹਾਲੀ 'ਚ ਉਹਨਾਂ ਵਾਲੇ ਨਕਲੀ ਠੰਡੇ ਵੇਚਦੇ ਸੀ ਯਾਰ ਜਿਵੇਂ ਫੈਂਟੇ ਦਾ ਏਜੰਟਾ ਕੋਕੇ ਕੋਲੇ ਦਾ ਹੋਰੇ ਕਰੀਂਪਾ ਕਰੂੰਪਾ ਉਹ ਬੋਤਲ ਸਾਲੀ 40 ਰੁਪਏ ਦੀ ਆਉਂਦੀ ਸੀ ਦੂਜੀ 60 ਸਵਾਦ ਭੈਣ ਦੇ ਬੇਕਾਰ ਜਮਾ ਦੇ ਯਾਰ ਵਿਆਹ ਕਿਉਂ ਮਾਰ ਇੱਕ ਨਾ ਇੱਕ ਤੁਹਾਡੇ ਰਿਸ਼ਤੇਦਾਰ ਨੇ ਹੈ ਜਾਣ ਮੈਂ ਦਵਾ ਕੇ ਲਿਆਉਣਾ ਸਸਤੀਆਂ ਸੇਮ ਹੀ ਹੁੰਦਾ ਬੇਸਿਕਲੀ ਇਹ ਹੁੰਦਾ ਨਾ ਕਿ ਜਦੋਂ ਉਹਨਾਂ ਨੇ ਜ਼ਿਆਦਾ ਪਾਣੀ ਪਾਉਣਗੇ ਉੱਥੇ ਪੈਸੇ ਬਚਣਗੇ ਜਾਂ ਫਿਰ ਜਦੋਂ ਮਤਲਬ ਵੀ ਚਲ ਸਾਰਾ ਕੁਝ ਨਿਬੜ ਗਿਆ ਠੀਕ ਹੈ ਫਿਰ ਵੀ ਠੰਡੇ ਵਾਲੀਆਂ ਬੋਤਲਾਂ ਉਸੇ ਕਮਰੇ 'ਚ ਹੁੰਦੀਆਂ ਨੇ ਜਿੱਥੇ ਗਾਜਰ ਪਾਕ ਪਿਆ ਵਹੀ ਹੋਵੇਗੀ ਜੇ ਹਾਂ ਗਾਜਰ ਪਾਕ ਜਿਸ ਮੰਜੇ ਕੇ ਉੱਪਰ ਪੜਿਆ ਉਸਕੇ ਨੀਚੇ ਠੰਡੇ ਕੀ ਪੈਟੀ ਹੋਵੇ ਸਮਝ ਲੋਗ ਦੀ ਵੀ ਉਹਨਾਂ ਨੇ ਸੋਨੇ ਦਾ ਜਿੰਦਾ ਕਿਉਂ ਨਹੀਂ ਲਾਇਆ ਹੋਇਆ ਉਸ ਕਮਰੇ ਨੂੰ ਉਹੀ ਤਾਂ ਮੈਂ ਲੋਹੇ ਦਾ ਲਾਉਣਾ ਪੈ ਰਿਹਾ ਵਹੀ ਦੂਜਾ ਲੱਗਣਾ ਚਾਹੀਦਾ ਜਿਹੜਾ ਪੁਰਾਣੀ ਅੰਗਰੇਜ਼ੀ ਫਿਲਮਾਂ 'ਚ ਤਜੋਰੀ ਨਹੀਂ ਲੁੱਟਦੇ ਹੁੰਦੇ ਉਹ ਉੱਡਾ ਮੋਟਾ ਦਰਵਾਜ਼ਾ ਚਾਹੀਦਾ ਉਹਦੇ ਵਾਸਤੇ ਤਾਂ ਬੰਦੇ ਸੋਚ ਸੋਚ ਕੇ ਜਿਹੜੀ ਹੰਸੀ ਆ ਰਹੀ ਹੈ ਤਿੰਨ ਜਣਾਂ ਦੇ ਫਿੰਗਰ ਪ੍ਰਿੰਟ ਲੱਗਣ ਜਿਹਦਾ ਵਿਆਹ ਹੈ ਉਹਦੇ ਘਰ ਦਾ ਪ੍ਰਿੰਟ ਆਈ ਸਕੈਨ ਪਾਸਵਰਡ FBI ਵਾਲਾ ਭੈਣ ਚੋਂ ਪੰਜਾ ਅੱਗੇ ਮੈਨੂੰ ਤਾਂ ਹੌਲੀ ਫੀਲਿੰਗ ਆ ਰਹੀ ਹੈ ਜਦੋਂ ਆਪਾਂ ਕੋਈ ਉਹ ਹਾਲੀਵੁੱਡ ਵਾਲੀ ਫਿਲਮਾਂ ਦੇਖਦੇ ਨਹੀਂ ਉਹ ਵੀ ਉਹ ਪੂਰੀ ਇਸ ਤਰ੍ਹਾਂ ਸੜਕ ਆ ਵੀ ਮਤਲਬ ਨਾ ਥਾ ਮੁਸਮਾ ਬਿਲਡਿੰਗ ਮਾ ਘੁਸ ਗਏ ਵੀ ਉਹ ਤਜੋਰੀ ਦਿਖ ਰਹੀ ਤੁਹਾਨੂੰ 100 ਮੀਟਰ ਦੂਰ ਲੇਜਰਾ ਚੱਲ ਰਹੀ ਆ ਚੱਕੂ ਵਾਲੇ ਨੂੰ ਲੈ ਕੇ ਜਾਣਾ ਪੈਂਦਾ ਵੀ ਜਿਹੜਾ ਸਪੈਸ਼ਲੀ ਤਜੋਰੀ ਖੋਲੂ ਜਦੋਂ ਬਾਕੀ ਮਿਸ਼ਨ 'ਚ ਕੋਈ ਕੰਮ ਨਹੀਂ ਹੈ ਉਹਨੇ ਸਿਰਫ ਤਜੋਰੀ ਦਾ ਗੇਟ ਖੋਲਣਾ ਜਿਹੜਾ ਬਾਬਾ ਬਾਹਰ ਚਾਬੀ ਲੈ ਕੇ ਖੜਿਆ ਨਾ ਉਸ ਰੂਮ ਕੀ ਕਈ ਵਾਰ ਤਾਂ ਉਸਮਾ ਹੌਲੀ ਫੀਲਿੰਗ ਆਵਾ ਮੋਦੀ ਕੇ ਗੇਲ ਲਈ ਉਹ ਟੈਚੀਆਂ ਲੈ ਕੇ ਚੱਲਦੇ ਗਾਜਰ ਪਾਕ ਵਾਲੀ ਬਰਫੀ ਨੀ ਦੇ ਰਹੇ ਨਾ ਸਾਨੂੰ ਲੱਡੂ ਦੇ ਰਹੇ ਇੱਕ ਹੋਰ ਜਿਹੜੀ ਨਵੀਂ ਚੀਜ਼ ਆਈ ਉਹ ਆ ਪਤੀਸਾ ਉਸਕਾ ਡੱਬਾ ਲੈ ਆਵਾਂਗੇ ਪਤੀਸਾ ਵਿੱਚ ਰੱਖੜੀਆਂ ਆਉਣ ਵਾਲੀਆਂ ਨੇ ਮੈਂ ਤੁਹਾਨੂੰ ਪਤੀਸਾ ਦਿਖਾਉਂਗਾ ਜੋ ਭਰੇ ਪੈਣੇ ਸਟੋਰੀ ਦੱਸਦਾ ਸਾਡੇ ਨਾ ਗੁਆਂਢ 'ਚ ਵਿਆਹ ਸੀਗਾ ਅਤੇ ਸੇਮ ਉਹੀ ਸਾਨੂੰ ਕਹਿੰਦੇ ਵੀ ਆਹ ਮਿਠਾਈਆਂ ਨੇ ਵੀ ਇਹ ਵੀ ਮੰਜਾ ਚੱਕ ਕੇ ਅੰਦਰ ਧਰ ਦਿਉ ਮਿਠਾਈ ਵਾਲਾ ਅਤੇ ਗਾਜਰ ਪਾ ਕੇ ਇੱਕ ਖੋਏ ਵਾਲੀ ਸੀਗੀ ਕਿੱਧਰ ਪਾਸੇ ਗਾਜਰ ਪਾਕ ਵਾਲੀ ਸੀ ਮੇਰੇ ਨਾਲ ਜਿਹੜਾ ਹਰਾਮੀ ਸੀ ਉਹ ਕਹਿੰਦਾ ਇਹ ਕੰਮ ਕਰ ਗਾਜਰ ਪਾਕ ਵਾਲੀ ਥੋੜ੍ਹੀ ਤਾਂ ਵਾਲੇ ਪਾਸੇ ਕਰਦੇ ਇੱਥੇ ਮੋਰੀ ਹੈ ਆਪਾਂ ਬੀਹੀ ਅਤੇ ਮੋਰੀ ਖੋਲ੍ਹ ਕੇ ਮੋਰੀ ਦੀ ਕੁੰਡੀ ਖੋਲ੍ਹਦੇ ਕਹਿੰਦਾ ਆਪਾਂ ਬੀਹੀ 'ਚੋਂ ਚੱਕਾਂਗੇ ਭੈਣ 'ਚੋਂ ਇਤਨੀ ਕੀਮਤੀ ਚੀਜ਼ ਨੂੰ ਚੋਰੀ ਕਰਨੇ ਦਾ ਪਲਾਨ ਪਲਾਨ ਬਣਾ ਲਿਆ ਹੈ ਮੇਰੇ ਸਾਲਾ ਮਨੀ ਈਸਟ ਜਿਹੜੀ ਜਾਲੀ ਸੀ ਬਰਫੀ ਈਸਟ ਜਾਲੀ ਸੀ ਉਹਨੇ ਹੁੰਝ ਮਾਰ ਕੇ ਪੱਟਦੀ ਜਾਲੀ ਉਹਨਾਂ ਬਾਂਹ ਪਾਉਣ ਜੋਗਰੀ ਠੀਕ ਹੈ ਅਤੇ ਚੱਲ ਜਦੋਂ ਮਾਹੌਲ ਠੰਡਾ ਜਿਹਾ ਹੋ ਗਿਆ ਉਹਦਾ ਜਿੰਦਾ ਲੱਗ ਗਿਆ ਉੱਧਰ ਤਾਂ ਠੀਕ ਹੈ ਅਤੇ ਉਹਨੇ ਹੱਥ ਫਸਾ ਲਿਆ ਉਹਨੂੰ ਐਗਜੈਕਟ ਪਤਾ ਸੀ ਵੀ ਇੱਥੋਂ ਹੱਥ ਪਾਉਂ ਤਾਂ ਉਰੇ ਗਾਜਰ ਪਾਕ ਦੇ ਹੱਥ ਪੈ ਜਾਊਗਾ ਉਹਦੀ ਮਾੜੀ ਕਿਸਮਤ ਪਤਾ ਕੀ ਸੀਗੀ ਵੀ ਬਾਬਾ ਆਖਰੀ ਚੈੱਕ ਕਰਨ ਆਇਆ ਸੀ ਕਿਤੇ ਮੋਰੀ ਮੋਰੀ ਤਾਂ ਨਹੀਂ ਖੁੱਲੀ ਠੀਕ ਹੈ ਅਤੇ ਉਹਦਾ ਹੱਥ ਐਂ ਅਤੇ ਉਹਨੇ ਛੱਟੀ ਮਾਰੀ ਉਹਨੇ ਹੱਥ ਕਰੇ ਉਹ ਬਣ ਗਿਆ ਬਾਬੇ ਦੇ ਬਾਬਾ ਉਹ ਨਿਕ ਗਲੀ ਵਜਦੀ ਮੈਂ ਉਹੀ ਕਹਿ ਰਿਹਾ ਵੀ ਮਤਲਬ ਇਤਨਾ ਕੌਨਫੀਡੈਂਸ ਕਿਸ ਤਰ੍ਹਾਂ ਦਾ ਤੁਹਾਨੂੰ ਨਹੀਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਨੂੰ ਇੱਕ ਸਾਈਡ ਤੇ ਜਾਲੀ ਪੱਟਦੀ ਵੀ ਇੱਕ ਵਾਰੀ ਜਾਲੀ ਪੱਟ ਲਈ ਹੈ ਕਾਲੇ ਨੇ ਸਾਡੇ ਵਾਰੀ ਚੱਲ ਬਾਬਾ ਨਹੀਂ ਆਇਆ ਸੀ ਤੇ ਅਸੀਂ ਜਾਲੀ ਪੱਟ ਲਈ ਹੈ ਪਿੱਛੋਂ ਕਿਹਨੇ ਹਾਕ ਮਾਰਦੀ ਓਏ ਮੁੰਡੇ ਕੀ ਕਰਦੇ ਹੋ ਹੁਣ ਉਹਨੇ ਮੁੱਠੀ ਭਰੀ ਵੀ ਦੀ ਜਾਲੀ ਉਨੀ ਕੀ ਪੱਟੀ ਐਂ ਮੁਸੀ ਹੋਈ ਸੀ ਤੇ ਜਦੋਂ ਉਹਨੇ ਇੱਕ ਲੱਖ ਤਾਂ ਖਿੱਚ ਭੈਣ ਦੇ ਬਾਰਡਰ ਫਿਲਮ ਯਾਦ ਆ ਗਈ ਹੋਣੀ ਇੱਕ ਤਾਂ ਉਹਦੇ ਮੈਂ ਡਰ ਜਾਂਦਾ ਜਾਂ ਭੈਣ ਨੂੰ ਕਿਸੇ ਨੇ ਪਿੱਛੋਂ ਆਵਾਜ਼ ਮਾਰੀ ਓਏ ਮੁੰਡੇ ਕੀ ਕਰਦੇ ਹੋ ਐਂ ਖਿੱਚਦੀ ਉਹ ਮੁੱਠੀ ਮਿਚੀ ਹੋਈ ਸੀ ਜਗ੍ਹਾ ਭੈਣ ਚੋਂ ਉਨੀ ਕੀ ਸੀ ਉਹ ਸਾਰਾ ਪੱਟਿਆ ਗਿਆ ਪਰ ਥਾਰੇ ਯਾੜੇ ਕਾ ਮੈਂ ਜਿਹੜਾ ਉਸਕਾ ਕੌਨਫੀਡੈਂਸ ਲੈਵਲ ਆ ਉਸਕੀ ਮੈਂ ਪ੍ਰਸ਼ੰਸਾ ਕਰੂੰਗਾ ਯਾਰ ਮਤਲਬ ਇਤਨੀ ਫੂਲ ਪਰੂਫ ਸਿਕਿਉਰਿਟੀ ਕੇ ਵਿੱਚ ਮੈਂ ਚੋਰੀ ਕਰਨ ਕੀ ਸੋਚਣਾ ਹੀ ਭੈਣ ਦੇ ਬਾਪ ਦੀ ਬਾਤ ਮੈਂ ਉਹਦੇ ਬਾਰੇ ਹੋਰ ਚੀਜ਼ ਦੱਸਦਾ ਠੀਕ ਹੈ ਉਹ ਬੇਸਿਕਲੀ ਇਹ ਜੇ ਮਤਲਬ ਉਹਦਾ ਜਿਵੇਂ ਆਪਾਂ ਫਰੈਂਡ ਵਾਲੇ ਤੇ ਗੱਲ ਨਹੀਂ ਕਰੀ ਸੀ ਵੀ ਥੋੜਾ ਯਾਰ ਦੋਸਤਾਂ ਜਿਹਨੇ ਥੋੜੇ ਕੁੱਟ ਹੀ ਪਾਉਣੀ ਹੁੰਦੀ ਆ ਅੱਛਾ ਉਹ ਯਾਰ ਦੋਸਤਾਂ ਉਹ ਹੈ ਜੀ ਉਹ ਤੇ ਉਹਨੇ ਦੂਜੀ ਵਾਰੀ ਕੀ ਕਰਿਆ ਅਸੀਂ ਕਿਸੇ ਦੇ ਘਰੇ ਵਿਆਹ ਹੋਇਆ ਤੇ ਹੁਣ ਜਿਹੜਾ ਕਪਲ ਵਾਲਾ ਕਮਰਾ ਸੀ ਠੀਕ ਹੈ ਉਹ ਅਸੀਂ ਸੀਗਾ ਵੀ ਉਹਦੀ ਵਿੰਡੋ ਸੜਕ 'ਤੇ ਆਉਂਦੀ ਸੀ ਠੀਕ ਹੈ ਅਤੇ ਹੁਣ ਵਿੰਡੋ ਤਾਂ ਬੰਦ ਹੋ ਜਾਂਦੀ ਹੈ ਰੋਸ਼ਨਦਾਨ ਨਹੀਂ ਬੰਦ ਹੁੰਦੇ ਪਿੰਡਾਂ 'ਚ ਜਿਹੜੇ ਪੁਰਾਣੇ ਘਰ ਹੁੰਦੇ ਨੇ ਰੋਸ਼ਨਦਾਨ ਨੂੰ ਜਲੀ ਜੀ ਲਾ ਦਿੰਦੇ ਨੇ ਮੈਨੂੰ ਕਹਿੰਦਾ ਮੈਂ ਇੱਥੋਂ ਚੜ੍ਹ ਕੇ ਮੈਂ ਰੋਸ਼ਨਦਾਨ ਵਿੱਚ ਵੀ ਦੇਖੂੰਗਾ ਸ਼ੋਅ ਦੇਖੂ ਮੈਂ ਲਾਈਵ ਟੈਲੀਕਾਸਟ ਰੰਗਾ ਰੰਗ ਪ੍ਰੋਗਰਾਮ ਦੇਖੂੰਗਾ ਨਾ ਮੈਂ ਇਸਦਾ ਜਵਾਕ ਸੀ ਯਾਰ ਸਾਨੂੰ ਲੈ ਭੈਣ ਦਾ ਇਹਦਾ ਦਿਮਾਗ ਲਿਆ ਹੋਇਆ ਵੀ ਫਿਰ ਦੂਜੀ ਗੱਲ ਮੈਂ ਸਾਡੇ ਆਪਣੇ ਵਾਸਤੇ ਵਰਥ ਇਟ ਹੈ ਨਹੀਂ ਸਹੀ ਵੀ ਦੇਖੂਗਾ ਇਹਨੂੰ ਆਪਣੇ ਤਾਂ ਕੱਦ ਵੀ ਛੋਟਾ ਆਪਾਂ ਨੂੰ ਤਾਂ ਭੈਣ ਦਾ ਯਾਰ ਆਪਾਂ ਤਾਂ ਪਹੁੰਚਣੇ ਵੀ ਨਹੀਂ ਰੋਸ਼ਨਦਾਨ ਤੱਕ ਸਹੀ ਵਾਰ ਤੇ ਉਹ ਚੜ ਗਿਆ ਤੇ ਜਮਾ ਮੋਰੀ ਦੇ ਆਖਰੀ ਤੱਕ ਚਲੋ ਰੋਸ਼ਨਦਾਨ ਦੇ ਹੱਥ ਪੈ ਗਿਆ ਉਹਦਾ ਤੇ ਇੰਨੇ ਉਹਨਾਂ ਦਾ ਬਈ ਬੇਸਿਕਲੀ ਤੁਹਾਨੂੰ ਦੱਸਦਾ ਕਿ ਉਹ ਘਰਦਿਆਂ ਦੀ ਇੱਕ ਰੈਪੂਟੇਸ਼ਨ ਸੀ ਉਹਨਾਂ ਦਾ ਕੁੱਤਾ ਵਾਲਾ ਹਰਾਮੀ ਹੈ ਤੇ ਮਤਲਬ ਈਵਨ ਪੁਲਿਸ ਕੰਪਲੇਂਟ ਵੀ ਹੋਈ ਸੀ ਪਰ ਭੈਣ ਦੇ ਨੇ ਕੁੱਤਾ ਮਾਰਿਆ ਨਹੀਂ ਆਪਦਾ ਮਤਲਬ ਪਾੜ ਹੀ ਦਿੰਦਾ ਸੀ ਬੰਦੇ ਨੂੰ ਓਕੇ ਉਹਦੀ ਮਾੜੀ ਕਿਸਮਤ ਕੁੱਤਾ ਖੁੱਲ ਗਿਆ ਖੜ ਗਿਆ ਨੀਚੇ ਆ ਕੇ ਇਸ ਤੋਂ ਭੱਜ ਗਏ ਤੇ ਉਹ ਕਹਿੰਦਾ ਉਹ ਭੈਣ ਚੋਦਾਂ ਮੈਨੂੰ ਤਾਂ ਕੰਮ ਕਰਾ
ਜਿਹੜਾ ਟਿਕਟ ਸੀ ਉਰੇ ਫ੍ਰੀ ਚ ਸ਼ੋ ਤੂੰ ਦੇਖੇ ਕੁੱਤਾ ਸਾਡੇ ਵਾਂਗਰ ਪਵੇ ਸਹੀ ਬਾਤ ਆ ਤੇ ਉਹ ਖੜਾ ਰਿਹਾ ਬਾਈ ਉੱਥੇ ਤੇ ਉਦੋਂ ਬਾਅਦ ਕੁੱਤਾ ਵੀ ਭੌਂਕਿਆ ਨੀ ਵੀ ਆਣ ਦੇ ਨੀ ਝਾਣ ਦੇ ਕਮ ਔਨ ਬੇਬੀ ਜਦੋਂ ਭੱਜੇ ਜਦੋਂ ਮੈਂ ਭੌਂਕੂਗਾ ਫਿਰ ਤਾਂ ਲੋਕ ਆ ਜਾਣਗੇ ਵੀ ਕਿਉਂ ਭੌਂਕਦਾ ਹੈਗਾ ਵੀ ਇਕੱਲੇ ਨੂੰ ਫੜੂ ਉਹ ਵੀ ਖੜਾ ਰਿਹਾ ਉੱਥੇ ਤੇ ਫਿਰ ਸਾਨੂੰ ਵੀ ਭੈਣ ਦਾ ਯਾਰ ਦੋਸਤ ਆਪਣਾ ਕੁੱਤੇ ਦਾ ਨੋਟ ਆਇਆ ਹੈ ਫਿਰ ਕੁੱਤੇ ਤੇ ਡੰਡਾ ਡੁੰਡਾ ਜਿਹਾ ਮਾਰਿਆ ਕੋਲੇ ਤਾਂ ਕੁਛ ਵੀ ਲੱਗੇ ਕੁੱਤੇ ਦੇ ਡਾਲਾ ਡੁਲਾ ਮਾਰਿਆ ਕੁੱਤਾ ਚੱਲ ਇੰਨੇ ਨੂੰ ਅੰਦਰ ਵੜ ਗਿਆ ਫਿਰ ਉਹ ਆਇਆ ਪਰ ਗਵਾਂਢੀਆਂ ਨੇ ਦੇਖ ਲਿਆ ਉਹ ਵੀ ਕੋਈ ਇਹ ਮੋਰੀ ਚੜੀ ਖੜਾ ਸੀ ਉਹ ਤੜਕੇ ਨੂੰ ਪੂਰਾ ਤਫਤੀਸ਼ ਪੰਚਾਇਤ ਪੈ ਗਈ ਵੀ ਕੌਣ ਸੀਗਾ ਇਹ ਅੱਛਾ ਫਿਰ ਹਿਸਾਬ ਲਾਇਆ ਉਹਨਾਂ ਨੇ ਵੀ ਮੁੰਡੇ ਦਾ ਕੱਦ ਇੱਥੇ ਮੁੰਡੇ ਨੇ ਪੈਰ ਧਰਿਆ ਸੀ ਮੁੰਡੇ ਦਾ ਹੱਥ ਇੱਥੇ ਤੱਕ ਪਹੁੰਚਦਾ ਸੀ ਵੀ ਇੰਨੇ ਕੁ ਕੱਦ ਵਾਲਾ ਮੁੰਡਾ ਡਾਇਆਮੀਟਰ ਹੀ ਹੋਣਾ ਚਾਹੀਦਾ ਉਹ ਮੇਰੇ ਨਾਲ ਬੈਠਾ ਧੜਕਨ ਵਧੀ ਜਾਂਦੀ ਆ ਜਿਹੜਾ ਇਹਦੇ ਮੈਨੂੰ ਵੀ ਇੱਕ ਇੰਸੀਡੈਂਟ ਯਾਦ ਆ ਗਿਆ ਵੀ ਅਸੀਂ ਨਾ ਰਾਤ ਨੂੰ ਅਸੀਂ ਕਿਸੇ ਦੇ ਘਰੇ ਖੰਡ ਪਾਠ ਸੀ ਤੇ ਅਸੀਂ ਮੁੰਡੇ ਖੁੰਡੇ ਅਸੀਂ ਬਹਿ ਗਏ ਤੇ ਉਹਨਾਂ ਚੋਂ ਪਤਾ ਨੀ ਉਹਨਾਂ ਨੂੰ ਕੀ ਆਦਤ ਸੀ ਕਹਿੰਦੇ ਚਲੋ ਪਿੰਡ 'ਚ ਸ਼ੋਅ ਦੇਖਣ ਚੱਲਦੇ ਹਾਂ ਸ਼ੋਅ ਹਾਂ ਆਹੀ ਜਿਹੜਾ ਸ਼ੋਅ ਦੇ ਤੁਸੀਂ ਵੀ ਰੰਗਾ ਰੰਗ ਪ੍ਰੋਗਰਾਮ ਦੇਖਾਂਗੇ ਬਈ ਚੱਲ ਆਏ ਉਹਨੇ ਨਾ ਮਤਲਬ ਜਿਹੜਾ ਮੁੰਡਾ ਦੇਖ ਰਿਹਾ ਸੀ ਉਹਨੇ ਪੀਲਾ ਪਰਨਾ ਬੰਨਿਆ ਹੋਇਆ ਸੀ ਤੇ ਜਿਹੜਾ ਨਾਲ ਸੀ ਉਹਦੇ ਕਾਲਾ ਪਰਨਾ ਸੀ ਤੇ ਉਹ ਉਹਦੇ ਮੋਢਿਆਂ ਤੇ ਚੜ ਕੇ ਦੇਖ ਰਿਹਾ ਸੀ ਅੰਦਰੋਂ ਦੇਖ ਲਿਆ ਉਹਨਾਂ ਨੇ ਵੀ ਕੋਈ ਭੈਣ ਚੋਂ ਬਾਹਰ ਹੈ ਇੰਨੇ ਨੂੰ ਇਹ ਤਾਂ ਭੱਜ ਗਏ ਬਈ ਚਲੋ ਉਹਨੂੰ ਪਤਾ ਲੱਗ ਗਿਆ ਵੀ ਇਹਦੇ ਘਰੇ ਖੰਡ ਪਾਠ ਹੈ ਵੀ ਉੱਥੋਂ ਭੈਣ ਚੋਂ ਆਏ ਹੋਣਗੇ ਇਹ ਉਹ ਉਹਨੂੰ ਪਤਾ ਸੀ ਵੀ ਮੈਨੂੰ ਦੇਖ ਲਿਆ ਵੀ ਮੇਰਾ ਪਰਨਾ ਹੀ ਦਿਖਿਆ ਉਹ ਵੀ ਨੇਰਾ ਤਾਂ ਹੈ ਸੀ ਵੀ ਉਹ ਘਰਾਂ ਜਾ ਕੇ ਪਰਨਾ ਬਦਲਿਆ ਆ ਕਾਲਾ ਪਰਨਾ ਬੰਨਿਆ ਆ ਤੇ ਜਿਹਨਾਂ ਦੇ ਘਰੇ ਖੰਡ ਪਾਠ ਸੀ ਉਹਨਾਂ ਦੇ ਘਰ ਓਬੀਅਸਲੀ ਪੀਲਾ ਪਰਨਾ ਬੰਨਿਆ ਹੋਇਆ ਸੀ ਬਈ ਉਹਨਾਂ ਦੀ ਤੀਵੀਂ ਦਾ ਚੱਪਲ ਜੀ ਲਾਹੀ ਆਵੇ ਉੱਧਰੋਂ ਜਿਹਨੇ ਪੀਲਾ ਪਰਨਾ ਬੰਨਿਆ ਸੀ ਦੇ ਚੱਪਲ ਕਿੱਥੇ ਪੈਂਦੀ ਦੇ ਚੱਪਲ ਕਿੱਥੇ ਪੈਂਦੀ ਉਹਦੇ 10 ਮਿੰਟ ਮਤਲਬ ਚੱਪਲਾਂ ਹੀ ਚੱਪਲਾਂ ਮਾਰੀ ਗਿਆ ਉਹ ਵੀ ਉੱਠ ਕੇ ਉਹ ਪਤਾ ਕਿਉਂ ਖਾਈ ਗਿਆ 10 ਮਿੰਟ ਉਹਨੇ ਥੋੜ੍ਹੀ ਦੇਰ ਪਹਿਲਾਂ ਫਰਿੱਜ ਚੋਂ ਖੋਆ ਚੋਰੀ ਕਰਕੇ ਖਾਇਆ ਸੀ ਤੇ ਉਹਨੂੰ ਲੱਗਿਆ ਵੀ ਖੋਏ ਪਿੱਛੇ ਉਹਨੇ 10 ਕੁ ਮਿੰਟ ਖਾਧੀਆਂ ਕਹਿੰਦਾ ਭੈਣ ਦਾ ਖੋਆ ਹੀ ਸੀ ਕਿਤੇ ਐਡੀ ਕਿਹੜੀ ਚੀਜ਼ ਖਾ ਲਈ ਤੁਹਾਡੀ ਕਹਿੰਦੀ ਤੂੰ ਹਰਾਮ ਜ਼ਿਆਦਾ ਆਟਾ ਜਾਣਾ ਤੁਹਾਡੇ ਘਰਾਂ ਧੀਆਂ ਪੈਣਾ ਨਹੀਂ ਹੈ ਤੁਸੀਂ ਲੋਕਾਂ ਦੇ ਜੰਦੇ ਕੁੰਡੇ ਟੱਪ ਕੇ ਚੋਦੇ ਉਹ ਕਹਿੰਦਾ ਕਿੱਧਰ ਭੈਣ ਚੋਂ ਵੀ ਮੈਂ ਤਾਂ ਗਿਆ ਹੀ ਨਹੀਂ ਉਹ ਕਹਾਂ ਉਹ ਹਰਾਮੀ ਉਹਨੂੰ ਪਤਾ ਸੀ ਵੀ ਮੈਂ ਦੇਖਿਆ ਚੱਲ ਸਵੇਰੇ ਬਈ ਜਦੋਂ ਉਹਦੀ ਬਹੁਤ ਕਟਾਈ ਹੋਈ ਵਿਚਾਰੀ ਦੀ ਬਦਨਾਮੀ ਹੋ ਗਈ ਪਿੰਡ 'ਚ ਜਦੋਂ ਉਹਨੂੰ ਬਾਅਦ 'ਚ ਪਤਾ ਲੱਗਿਆ ਫਿਰ ਉਹਨੇ ਹੌਲੀ ਜਿਹਾ ਦੱਸਿਆ ਕਹਿੰਦਾ ਯਾਰ ਵੀ ਮੈਂ ਸੀ ਮੈਂ ਸੀਗਾ ਵੀ ਉੱਦਣ ਮੈਂ ਸੀ ਵੀ ਮੈਂ ਉਹ ਉਦੋਂ ਮੈਂ ਕਾਲਾ ਪਰਨਾ ਤਾਂ ਬੰਦ ਕਰਾਇਆ ਤਾ ਮੈਂ ਰੋਸ ਪ੍ਰਗਟ ਕਰਨਾ ਤਾ ਨਿਸ਼ਾਨ ਕਾਲਾ ਵੀ ਮੈਨੂੰ ਨਹੀਂ ਮਿਲਾ ਮੈਂ ਪ੍ਰਾਪਤ ਨਹੀਂ ਕਰ ਪਾਇਆ ਹੁਣ ਪਿੱਛੇ ਜੇ ਉਹ ਮੁੰਡੇ ਨਾ ਵੀ ਆਪਦੇ ਘਰੇ ਦੱਸਦਾ ਵੀ ਉਦੋਂ ਮੈਂ ਨਹੀਂ ਸੀ ਉਹ ਦੇਖੋ ਮੇਰੇ ਤੇ ਉਹ ਕਰੀ ਜਾਂਦੇ ਹੋ ਗਾਹਾਂ ਉਹਦੀ ਮੰਮੀ ਨੇ ਉਹ ਤੀਵੀਂ ਨੂੰ ਦੱਸਤਾ ਵੀ ਉਹ ਸੀ ਹਾਂ ਹਾਏ ਹਾਏ ਉਹ ਵਿਚਾਰਾ ਬਹੁਤ ਅੜਾਇਆ ਉਹਦੇ ਪਾਪੇ ਵਿਚਾਰਾ ਕੀ ਵਿਚਾਰਾ ਭੈਣ ਜੋ ਵਿਚਾਰਾ ਹੁਣ ਤਾਂ ਵਿਚਾਰਾ ਹੀ ਹੋ ਗਿਆ ਸੀ ਭੈਣ ਤੋਂ 2 ਸਾਲ ਹੋ ਗਏ ਗਲਤੀ ਚਾਹੇ ਪੰਦਰਾਂ ਸਾਲ ਪਹਿਲਾਂ ਕਰੀ ਹੋਵੇ ਹਾਂ ਜਿੱਦੇ ਫੜੇਗੇ ਤਾਂ ਫੜੇਗੇ ਕਟਾਈ ਬਹੁਤ ਹੋਈ ਸਜ਼ਾ ਬਰਾਬਰ ਹੀ ਮਿਲ ਗਈ ਪੋਲੀਟੀਸ਼ੀਅਨ ਨਹੀਂ ਹੈਗੇ ਤੁਸੀਂ ਬਚ ਜਾਓਗੇ ਇਤਨਾ ਕਟਾਈ ਹੀ ਹੁੰਦੀ ਹੈ ਅੱਛਾ ਯਾਰ ਬਈ ਯੋ ਤੋਂ ਵਿਆਹ ਵਾਲਾ ਤਾਂ ਵਿਆਹ ਦੇ ਕਾਰਡ ਤਾਂ ਵੰਡ ਤੇ ਜੇ ਕਿਸੇ ਨੇ ਵਿਆਹ 'ਚ ਪਹੁੰਚਣਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵਿਆਹ 'ਚ ਵੀ ਪਹੁੰਚਾਂਗੇ ਅਸੀਂ ਹਜੇ ਕਾਰਡ ਵੰਡ ਕੇ ਹਟੇ ਵੀ ਤਾਂ ਕਾਰਡ ਵੰਡੇ ਵੀ ਤਾਂ ਬਾਬੇ ਪਤੇ ਬਚੇ ਜਿਹੜਾ ਉਹ ਮਠਾਈ ਵਾਲੇ ਕਮਰੇ ਕੇ ਬਾਹਰ ਖੜਿਆ ਹੋਵਾ ਹੁਣ ਪਤਾ ਲੱਗੂ ਵੀ ਗਾਜਰ ਪਾਕ ਮਿਲਦਾ ਹੈ ਕਿ ਨਹੀਂ ਮਿਲਦਾ ਇਹ ਵੀ ਤਾਂ ਅਜੇ ਤੱਕ ਸਾਨੂੰ ਨਸੀਬ ਨਹੀਂ ਹੋਇਆ ਰਿਸ਼ਤੇਦਾਰ ਆਣੇ ਆ ਵਿਆਹ ਹੋਣਾ ਇਹ ਵੀ ਤਾਂ ਕੜਾਹੀ ਚੜੀ ਆ ਇਹ ਵੀ ਤਾਂ ਉਸ ਦਿਨ ਆ ਪਹੁੰਚੇ ਆਪਾਂ ਹਜੇ ਤਾਂ ਮੰਜੇ ਵੀ ਟੁੱਟਣਗੇ ਅੱਗੇ ਦਾਰੂ ਵਾਲੇ ਉਸ ਕੇ ਬਾਅਦ ਕਿਆ ਨਾਮ ਆਪਣਾ ਉਹ ਰਿਸ਼ਤੇਦਾਰ ਰੁੱਸਾਂਗੇ ਲੜਾਈਆਂ ਪੜਾਂਗੇ ਸਾਰਾ ਕੁਝ ਹੋਰ ਕੋਈ ਡਿੱਗੂ ਕੋਈ ਕਣਕ 'ਚ ਡਿੱਗੂ ਕੋਈ ਗਾਰੇ 'ਚ ਪਿਆ ਹੋਊ ਕੋਈ ਨਾਲੀ 'ਚ ਚੱਕਾਂਗੇ ਕਿਸੇ ਨੂੰ ਰੇੜੇ 'ਤੇ ਪਾ ਕੇ ਲੈ ਕੇ ਜਾਵਾਂਗੇ ਇਸ ਕਰਕੇ ਸਬਸਕ੍ਰਾਈਬ ਆਸ ਚੀਜ਼ਾਂ ਵਾਸਤੇ ਸਬਸਕ੍ਰਾਈਬ ਜ਼ਰੂਰ ਕਰੋ